ਖਬਰ ਦਿਨ ਦੇ ਹਾ ਹ ਸਸਕਾਲ ਚੜਦੀ ਕਲਾ ਟੈਮ ਟੀਵੀ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਮਤ ਸਿੰਘ ਰੁਪਾਣਾ ਅਸੀਂ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਕਸਰ ਜਿਹੜੀਆਂ ਇੱਕ ਦਿਨ ਪਹਿਲਾਂ ਜੋ ਘਟਨਾਵਾਂ ਵੇਖਦੀਆਂ ਨੇ ਜਾਂ ਜੋ ਹੋਰ ਅਲੱਗ-ਅਲੱਗ ਤਰੀਕੇ ਨਾਲ ਜਿਹੜੀਆਂ ਖਬਰਾਂ ਸੁਰਖੀਆਂ ਬਣਦੀਆਂ ਨੇ ਵਕ-ਵਕ ਹੋਵਾਰਾਂਦੀਆਂ ਉਹਦੇ ਉੱਪਰ ਚਰਚਾ ਕਰਦੇ ਆਂ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਕੱਲ ਭਾਜਪਾ ਨੇ 195 ਉਮੀਦਵਾਰਾਂ ਦੀ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਮਿਤ ਸ਼ਾ ਸਮੇਤ ਵੱਡੇ ਦਿਗਜ ਨੇਤਾ ਦੇ ਜਿਹੜੇ ਨਾਮ ਨੇ ਉਹ ਸ਼ਾਮਲ ਕੀਤੇ ਨੇ ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਦੀ ਗੱਲ ਕਰਾਂਗੇ ਸੋ ਇੱਕ ਜਿਹੜੀ ਬੀਤੇ ਦਿਨ ਮੰਦਭਾਗੀ ਘਟਨਾ ਵਾਪਰੀ ਸੀ ਸ਼ੁਭ ਕਰਨ ਦੀ ਮੌਤ ਹੋਈ ਸੀ ਖਨੌਰੀ ਬਾਰਡਰ ਤੇ ਅੱਜ ਉਹਦਾ ਭੋਗ ਹੈ ਸ਼ਰਧਾਜਲੀ ਸਮਾਗਮ ਹੈ ਉਸ ਤੇ ਵੀ ਚਰਚਾ ਕਰਾਂਗੇ ਇਸ ਤੋਂ ਇਲਾਵਾ ਕੱਲ ਜਿਹੜੀ ਪੂਰਾ ਦਿਨ ਬਾਰਿਸ਼ ਹੁੰਦੀ ਰਹੀ ਹੈ ਤੇ ਅੱਜ ਅਤੇ ਕੱਲ ਐਤਵਾਰ ਤੇ ਸੋਮਵਾਰ ਮੌੜ ਤੋਂ ਬਾਰਿਸ਼ ਦਾ ਜਿਹੜਾ ਅਲਰਟ ਜਾਰੀ ਕੀਤਾ ਹੈ ਉਸ ਤੇ ਵੀ ਚਰਚਾ ਕਰਾਂਗੇ ਕਿ ਇਸ ਨਾਲ ਕਿੰਨਾ ਨੁਕਸਾਨ ਹੋਇਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭਾਜਪਾ ਦੇ ਜਿਹੜੇ ਕੱਲ 195 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਸੋ ਇਸ ਪ੍ਰੋਗਰਾਮ ਵਿੱਚ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਚੜ੍ਹਦੀ ਕਲਾ ਗਰੁੱਪ ਦੇ ਸੰਪਾਦਕ ਸਰਦਾਰ ਦਰਸ਼ਨ ਸਿੰਘ ਦਰਸ਼ਕ ਦਰਸ਼ਕ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਤੇ ਆਪਾਂ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਕਿ ਭਾਜਪਾ ਦੇ ਜਿਹੜੀ ਕੱਲ 195 ਲਿਸਟ ਜਾਰੀ ਕੀਤੀ ਹੈ ਉਮੀਦਵਾਰਾਂ ਦੀ ਉਸ ਦੇ ਵਿੱਚ ਜਿਹੜੇ ਵੱਡੇ ਦਿਗਜ ਨੇਤਾ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਕਿੰਨਾ ਅਸਰ ਹੋ ਗਿਆ ਕਿਉਂਕਿ ਇਹ ਲਿਸਟ ਪਹਿਲੀ ਹੈ ਸਭ ਤੋਂ ਪਹਿਲਾਂ ਜਿਹੜੀ ਲਿਸਟ ਹੈ ਬੇਸ਼ੱਕ ਆਮ ਆਦਮੀ ਪਾਰਟੀ ਨੇ ਰਿਲੀਜ਼ ਕਰਤੀ ਸੀ ਪਰ ਜਿਹੜੀ ਇਹ ਲਿਸਟ ਹੈ ਇਹ ਆਪਣੇ ਆਪ ਚ ਇੱਕ ਅਹਿਮਤ ਰੱਖਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਉਸ ਲਿਸਟ ਦੇ ਵਿੱਚ ਨਾਮ ਹੈ ਦੇਖੋ ਰਪਾਣਾ ਜੀ ਗੱਲ ਇਹ ਹੈ ਕਿ ਜਿਹੜਾ ਇਹ 5 ਸਾਲ ਬਾਅਦ ਪਰਬ ਆਉਂਦਾ ਹੈ ਲੋਕਤੰਤਰ ਦਾ ਤੇ ਸਾਰੇ ਲੋਕਾਂ ਨੂੰ ਇਸ ਗੱਲ ਦੀ ਇੰਤਜ਼ਾਰ ਰਹਿੰਦੀ ਹੈ ਕਿ ਕਿਹੜੀ ਕਿਹੜੀ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰ ਨੂੰ ਮੈਦਾਨ 'ਚ ਉਤਾਰਤੀਆਂ ਨੇ ਇਹ ਭਾਰਤੀ ਜਨਤਾ ਪਾਰਟੀ ਪਿਛਲੇ ਦੋ ਜਿਹੜੇ ਆਪਣਾ 5-5 ਸਾਲ ਤੋਂ 10 ਸਾਲ ਤੋਂ ਸੱਤਾ ਦੇ ਵਿੱਚ ਚੱਲੀ ਆ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਇਸ ਗੱਲ ਲਈ ਦ੍ਰਿੜ ਨੇ ਕਿ ਅਸੀਂ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹ ਉਸ ਦੇ ਵਿੱਚ ਕਲੀ ਜਿੱਤ ਹੀ ਨਹੀਂ ਹਾਸਲ ਕਰਾਂਗੇ ਤੇ ਜਿੱਤ ਦੇ ਤੇ ਵੀ ਰਿਕਾਰਡ ਦਰਜ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰੀ ਭਾਰਤੀ ਜਨਤਾ ਪਾਰਟੀ 370 ਸੀਟਾਂ ਹਾਸਲ ਕਰੂਗੀ ਤੇ ਜਿਹੜਾ ਐਨਡੀਆ ਗੱਠਜੋੜਾ ਉਹ 400 ਤੋਂ ਉੱਪਰ ਜਾਊਗਾ ਇਸ ਲਈ ਉਹਨਾਂ ਨੇ ਜਿਹੜਾ ਖਾਸ तौर ਤੇ ਭਾਰਤੀ ਜਨਤਾ ਪਾਰਟੀ ਦਾ ਹੁਣ ਤੱਕ ਦਾ ਏਜੰਡਾ ਹੈ ਉਸ ਨੂੰ ਲਾਗੂ ਵੀ ਕਰ ਦਿੱਤਾ ਉਹ ਸਬੰਧ ਵਿੱਚ ਕਾਨੂੰਨ ਵੀ ਬਣਾ ਦਿੱਤੇ ਜਿਹੜੀ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਸਮੇਂ ਸੱਤਾ ਦੇ ਵਿੱਚ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸੇ ਤਰੀਕੇ ਨਾਲ ਕੇਂਦਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਸੱਤਾ ਦੇ ਵਿੱਚ ਹੈ ਉਹ ਹੈਗਾ ਆਰਾਮੰਦ ਹੈ ਆਰਾਮੰਦਰ ਵੀ ਬਣਾ ਲਿਆ ਧਾਰਾ 370 ਵੀ ਖਤਮ ਮਤਲਬ ਖਤਮ ਕਰ ਦਿੱਤੀ ਆ ਹੋਰ ਵੀ ਬੜੇ ਪ੍ਰਮੁੱਖ ਮੁੱਦੇ ਨੇ ਉਹ ਮੁੱਦਿਆਂ ਨੂੰ ਲੈ ਕੇ ਇਸ ਸਮੇਂ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿੱਚ ਉਤਰ ਰਹੀ ਹੈ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਵੈਲਫੈਰ ਸਕੀਮਾਂ ਨੇ ਚਾਹੇ ਕਿਸਾਨਾਂ ਦੇ ਸੰਬੰਧਤ ਨੇ ਚਾਹੇ ਆਮ ਲੋਕਾਂ ਨਾਲ ਸੰਬੰਧਤ ਨੇ ਉਸ ਤਰ੍ਹਾਂ ਦੀਆਂ ਸਕੀਮਾਂ ਉਸ ਵੱਲੋਂ ਲਾਗੂ ਵੀ ਕੀਤੀਆਂ ਨੇ ਤੇ ਇਹਦੇ ਨਾਲ ਨਾਲ ਜਿਹੜੀ ਕੱਲ ਦੀ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ 195 ਜਿਹੜੇ ਉਮੀਦਵਾਰ ਐਲਾਨੇ ਨੇ ਇਸ 16 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਰਾਜਾਂ ਨਾਲ ਸੰਬੰਧਿਤ ਲਿਸਟ ਹੈ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ 34 ਕੇਂਦਰੀ ਮੰਤਰੀ ਜਿਹੜੇ ਪਿਛਲੀ ਬਾਜ਼ਾਰਤ ਦੇ ਵਿੱਚ ਇਸ ਤੋਂ ਬਾਜ਼ਾਰਤ ਦੇ ਵਿੱਚ ਸੱਤਾ ਚ ਨੇ ਉਹਦੇ ਵਿੱਚ 34 ਮੰਤਰੀਆਂ ਨੂੰ ਟਿਕਟ ਦਿੱਤੀ ਹੈ ਤੇ ਇਹਨਾਂ ਵਿੱਚ 28 ਔਰਤਾਂ ਨੇ 27 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਉਮੀਦਵਾਰ ਨੇ 18 ਸ਼ੈਡਿਊਲ ਟਾਈਪਸ ਨੇ ਤੇ 57 OBC ਨਾਲ ਸੰਬੰਧਿਤ ਨੇ ਤੇ ਇਹਨਾਂ ਵਿੱਚੋਂ ਜਿਹੜੇ 50 ਸਾਲ ਤੋਂ ਘੱਟ ਉਮਰ ਵਾਲੇ ਨੇ ਉਹ 47 ਉਮੀਦਵਾਰ ਨੇ ਤੇ ਇਹਦੇ ਵਿੱਚ ਬਜ਼ੁਰਗਾਂ ਨੂੰ ਵੀ ਤੇ ਔਰਤਾਂ ਨੂੰ ਵੀ SC ਨੂੰ ਵੀ OBC ਨੂੰ ਵੀ ਸਭ ਨੂੰ ਵੀ ਜਿਹੜਾ ਹੈਗਾ ਟਿਕਟਾ ਦਿੱਤੇ ਗਏ ਨੇ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਵਾਰਾਨਸੀ ਤੋਂ ਚੋਣ ਲੜ ਰਹੇ ਨੇ ਅਮਿਤ ਸ਼ਾਹ ਗਾਂਧੀ ਨਗਰ ਤੋਂ ਚੋਣ ਲੜ ਰਹੇ ਨੇ ਤੇ ਮੱਧ ਪ੍ਰਦੇਸ਼ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਸ਼ਿਵਰਾਜ ਚੋਹਾਨ ਜਿਨ੍ਹਾਂ ਬਾਰੇ ਕਾਫੀ ਚਰਚਾ ਸੀਗੀ ਕਿ ਉਹਨਾਂ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਪਰ ਇਸ ਲਿਸਟ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਸ਼ਿਵਰਾਜ ਚੋਹਾਨ ਨੂੰ ਜਿਹੜੇ ਟਿਕਟ ਦਿੱਤਾ ਹੈ ਜੇਕਰ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਚ ਉਹਨਾਂ ਨੂੰ ਵਧੀਆ ਜ਼ਿੰਮੇਵਾਰੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਨੇ। ਦੱਸੋ ਜੀ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਵੇਂ ਮੰਨ ਲਓ 195 ਲਿਸਟ ਜਿਹੜੀ ਉਹਨਾਂ ਨੇ ਰਿਲੀਜ਼ ਕਰਤੀ ਹੈ ਤੇ ਕੀ ਲੱਗਦਾ ਹੈ ਕਿ ਬੀਜੇਪੀ ਨੂੰ ਇਸ ਐਡਵਾਂਸ ਲਿਸਟ ਰਿਲੀਜ਼ ਕਰਨ ਦਾ ਫਾਇਦਾ ਹੋਏਗਾ ਜਾਂ ਦੂਜੀਆਂ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਹੈ? ਦੇਖੋ ਇਹ ਕੋਈ ਪੱਕਾ ਨਹੀਂ ਕਿਹਾ ਜਾ ਸਕਦਾ ਹੈ ਪਰ ਇਹ ਹੈ ਜਦੋਂ ਤੁਸੀਂ ਲਿਸਟ ਜਾਰੀ ਕਰ ਲੈਂਦੇ ਹੋ ਤਾਂ ਲੋਕਾਂ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੀ ਦੁਬਧਾ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਉਹ ਲੀਡਰ ਜਿਹੜੇ ਨੂੰ ਜਿਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਉਹ ਆਪਣੀਆਂ ਸਰਗਰਮੀਆਂ ਤੇਜ਼ ਕਰ ਲੈਂਦੇ ਨੇ ਪਰ ਇਹ ਕੋਈ ਨਿਸ਼ਚਿਤ ਨਹੀਂ ਹੈ ਵੀ ਪਹਿਲਾਂ ਲਿਸਟ ਜਾਰੀ ਕਰ ਲਈ ਤਾਂ ਜਿੱਤ ਪੱਕੀ ਹੋ ਜਾਂਦੀ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਲਿਸਟਾਂ ਆਪਾਂ ਪੰਜਾਬ ਦੇ ਵਿੱਚ ਹੀ ਦੇਖ ਲੈਂਦੇ ਆ ਕਈ ਵਾਰ ਅਕਾਲੀ ਦਲ ਨੇ ਪਹਿਲਾਂ ਲਿਸ਼ਟਾ ਜਾਰੀ ਕਰ ਦਿੱਤੀਆਂ ਇਹ ਸੰਕੇਤ ਦੇ ਦਿੱਤੇ ਵੀ ਇਹੀ ਉਮੀਦਵਾਰ ਹੋਗਾ ਨਹੀਂ ਜਿੱਤੇ ਹੈਗੇ ਇਹ ਕੋਈ ਜ਼ਿਆਦਾ ਨਹੀਂ ਹੈਗਾ ਪਰ ਇਹਦੇ ਨਾਲ ਨਾਲ ਕੁਝ ਹੋਰ ਵੀ ਜੜੀਆਂ ਨੇ ਪ੍ਰਮੁੱਖ ਜੜੀਆਂ ਵਿਸ਼ੇਸ਼ਤਾਵਾਂ ਨਜ਼ਰ ਆਉਂਦੀਆਂ ਨੇ ਜਿਵੇਂ ਮੱਧ ਪ੍ਰਦੇਸ਼ ਦੇ ਸ਼ਿਵਰਾਜ ਜਿਹੜੇ ਚੋਹਾਨ ਨੇ ਬੰਦੀਸ਼ਾ ਤੋਂ ਚੋਣ ਲੜ ਲਗੇ ਤਿਰਪੁਰਾ ਦੇ ਸਾਬਕਾ ਮੁੱਖ ਮੰਤਰੀ ਵਿਪਲ ਦੇਵ ਜਿਹੜੇ ਹੈਗੇ ਆ ਤੇਰਪੁਰਾ ਪੱਛਮੀ ਤੋਂ ਲੜ ਰਹੇ ਨੇ ਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਨੰਦ ਸੋਨੇਵਾਲ ਨੂੰ ਵੀ ਜਿਹੜਾ ਹੈਗਾ ਡਿਬਰੂਗੜ ਤੋਂ ਚੋਣ ਲੜਾਈ ਜਾ ਰਹੀ ਹੈ ਤੇ ਇਹ ਜਿਹੜੀ ਟਿਕਟਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ 51 ਟਿਕਟਾਂ ਤਾਂ ਯੂਪੀ ਦੀਆਂ ਨੇ ਮਧ ਪ੍ਰਦੇਸ਼ ਦੀਆਂ 24 ਨੇ ਪੱਛਮੀ ਮਗਾਲ ਦੀ 20 ਨੇ ਰਾਜਸਥਾਨ ਦੀ 15 ਨੇ ਗੁਜਰਾਤ ਦੀਆਂ 15 ਨੇ ਕੇਰਲ ਦੀਆਂ 12 ਨੇ ਅਸਾਮ ਝਾਰਖੰਡ ਛਤੀਸਗੜ ਇੱਥੇ ਦੀਆਂ 11-11 ਸੀਟਾਂ ਨੇ ਤੇ ਹੋਰ ਜੜੀਆਂ ਛੋਟੇ ਅ ਕਈ ਹੋਰ ਸੂਬਿਆਂ ਦੀ ਵੀ ਟਿਕਟਾਂ ਜਾਰੀ ਕੀਤੀਆਂ ਨੇ ਪਰ ਪੰਜਾਬ ਦੀਆਂ ਹਰਿਆਣਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਇਹ ਜਿਹੜੇ ਥਿੱਲੇ ਸੂਬੇ ਨੇ ਆਪਸ ਦੇ ਵਿੱਚ ਗਵਾਂਢੀ ਨੇ ਹਾਲ ਤੱਕ ਭਾਰਤੀ ਜਨਤਾ ਪਾਰਟੀ ਨੇ ਇਥੋਂ ਟਿਕਟ ਨਹੀਂ ਦਿੱਤੀ ਹੈਗੀ ਤੇ ਜਿਹੜੇ-ਜਿਹੜੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਨੇ ਉਥੋਂ ਇੱਕ ਸਾਫ ਸੰਕੇਤ ਮਿਲਦਾ ਹੈ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡੀਟੀ ਡੇਟਾ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਹੋਰ ਜਿਹੜੀ ਲਿਸਟ ਜਾ ਰਹੀ ਹੋਊਗੀ ਵੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਮਤਲਬ ਇਹ ਕਿਹੜੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਉਹਦੇ ਵਿੱਚ ਖਾਸ तौर 'ਤੇ ਇੱਕ ਇਹ ਮੈਸੇਜ ਵੀ ਮਿਲਿਆ ਹੈ ਕਿ ਜਿਹੜੇ ਵਿਵਾਦਗਰਸਤ ਰਹੇ ਨੇ ਵਿਵਾਦਤ ਬਿਆਨ ਦਿੰਦੇ ਰਹੇ ਨੇ ਤੇ ਜਿਹਦਾ ਜਵਾਬ ਪ੍ਰਧਾਨ ਮੰਤਰੀ ਨੂੰ ਖੁਦ ਨੂੰ ਦੇਣਾ ਪਿਆ ਹੈ ਉਹਨਾਂ ਨੂੰ ਟਿਕਟਾ ਨਹੀਂ ਦਿੱਤੇਗੀ ਹੈ ਜੀ ਤੇ ਇਹਦੇ ਵਿੱਚ ਖਾਸ ਤੌਰ ਤੇ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਲੀਡਰ ਨੇ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਰਹੀ ਹੈ ਉਹਨਾਂ ਦੇ ਜੇਕਰ ਉਹ ਆਪ ਇਸ ਮਤਲਬ ਹੁਣ ਨਹੀਂ ਹੈਗੇ ਤੇ ਉਹਨਾਂ ਵਿੱਚ ਜਿਵੇਂ ਸ਼ੁਸ਼ਮਾ ਸਵਰਾਜ ਦੀ ਬੇਟੀ ਹੈ ਬਾਂਸਰੀ ਐ ਸੋਭਰਾਜ ਨੂੰ ਟਿਕਟ ਦਿੱਤੀ ਗਈ ਹੈ ਦਿਲ ਦੀ ਤੋਂ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਦਿਲਚਸਪੀ ਹੋਊਗੀ ਕਿ ਹੰਸ ਰਾਜ ਹੰਸ ਜਿਹੜੇ ਕਿ ਦਿੱਲੀ ਜਾ ਕੇ ਚੋਣ ਲੜੇ ਸੀਗੇ ਉਹ ਜਿੱਤੇ ਸੀਗੇ ਤੇ ਉਹਨਾਂ ਦੀ ਟਿਕਟ ਇਸ ਸਮੇਂ ਕੱਟੀ ਗਈ ਹੈ ਪਰ ਇੱਕ ਹੋਰ ਬੜੀ ਦਿਲਚਸਪ ਗੱਲ ਇਹ ਹੈ ਕਿ ਯੂਪੀ ਦੀਆਂ ਜਿਹੜੀਆਂ ਟਿਕਟਾਂ ਦਾ ਐਲਾਨ ਹੋਇਆ 52 ਦਾ ਉਹਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਰਨ ਗਾਂਧੀ ਜਾਂ ਮੀਨਕਾ ਗਾਂਧੀ ਦੋਨੇ ਮਾ ਪੁੱਤ ਨੇ ਤੇ ਉਹਨਾਂ ਨੂੰ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਹੈਗੀ ਪਰ ਇਹ ਦੱਸਿਆ ਜਾ ਰਿਹਾ ਕਿ ਵਰਨ ਗਾਂਧੀ ਦੀ ਤਾਂ ਟਿਕਟ ਕੱਟੀ ਗਈ ਹੈ ਤੇ ਹਾਲੇ ਮੇਨਕਾ ਗਾਂਧੀ ਦੇ ਉੱਤੇ ਸ਼ੰਕੇ ਬਣੇ ਹੋਏ ਆ ਵੀ ਉਹਨੂੰ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਹੈਗੀ ਤੇ ਇਹਦੇ ਨਾਲ ਜਿਹੜਾ ਹੈਗਾ ਕਾਫੀ ਜਿਹੜੀ ਲੋਕਾਂ ਦੇ ਵਿੱਚ ਦਿਲਚਸਪੀ ਹੋ ਗਈ ਹੈ ਪਰ ਪੰਜਾਬ ਦੇ ਲੋਕ ਇਹ ਮੈਂ ਅਹਿ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦਾ ਕਿਉਂ ਨਹੀਂ ਕੋਈ ਉਮੀਦਵਾਰ ਐਲਾਨਿਆ ਗਿਆ ਇਹ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਗੱਲ ਚੱਲ ਰਹੀ ਸੀ ਤੇ ਉਹ ਕਿਤੇ ਨਾ ਕਿਤੇ ਚਲੋ ਸੰਘਾ ਕਿਸਾਨ ਸੰਘਰਸ਼ ਕਰਕੇ ਉਹਨੂੰ ਬ੍ਰੇਕਾਂ ਲੱਗ ਗਿਆ ਰੁਕ ਗਿਆ ਮੁਤਲ ਹੋ ਗਿਆ ਲਾਲੋ ਜਾਂ ਹਾਲ ਦੇ ਘੜੀ ਚਰਚਾ ਜਿਹੜੀ ਬੰਦ ਹੋ ਗਈ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਠਜੋੜ ਨੂੰ ਲੈ ਕੇ ਜਿਹੜੀ ਸਥਿਤੀ ਹੈ ਸਪਸ਼ਟ ਹੋਏਗੀ ਉਸ ਤੋਂ ਬਾਅਦ ਹੀ ਜਿਹੜਾ ਪੰਜਾਬ ਦਾ ਐਲਾਨ ਹੋਏਗਾ ਦੇਖੋ ਗੱਲ ਇਹ ਹੈ ਕਿ ਇਹ ਗੱਲ ਵੀ ਸਹੀ ਹੋ ਸਕਦੀ ਹੈ ਪਰ ਇਹ ਹੈ ਕਿ ਉਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖਦੇ ਹੋ ਕਿ ਸੁਨੀਲ ਜਾਖੜ ਉਹਨਾਂ ਦਾ ਜਿਹੜਾ ਬਿਆਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪੱਕਾ ਪਤਾ ਨਹੀਂ ਹੈ ਕਿ ਇਹ ਗਠਜੋੜ ਹੋਵੇਗਾ ਪਰ ਉਹ ਇਹ ਚਾਹੁੰਦੇ ਆ ਕਿ ਇਹ ਗਠਜੋੜ ਹੋਣਾ ਚਾਹੀਦਾ ਹੈ ਅਕਾਲੀ ਦਲ ਵੀ ਉਤਸੁਕ ਹੈ ਇਸ ਸਬੰਧ ਵਿੱਚ ਵੀ ਗਠਜੋੜ ਹੋਣਾ ਚਾਹੀਦਾ ਹੈ ਉਹਦਾ ਕਾਰਨ ਇਹੀ ਹੈ ਕਿ ਇਸ ਸਮੇਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਮਤਲਬ ਪੰਜਾਬ ਦੇ ਵਿੱਚ ਇਹ ਚਾਹੁੰਦੀ ਹੈ ਕਿ ਪੂਰੀ ਤਰੀਕੇ ਦੇ ਨਾਲ ਉਸ ਦੇ ਪੈਰ ਲੱਗ ਜਾਣ ਉਸ ਨੇ ਇਸ ਸਬੰਧ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਚੇਰਿਆਂ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਹੈ ਉਹਦੇ ਵਿੱਚ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਏ ਹੈ ਤੇ ਇਹਦੇ ਨਾਲ ਨਾਲ ਇਹ ਹੈ ਕਿ ਉਹਨਾਂ ਨੂੰ ਇਹੀ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਵਿਸਥਾਰ ਕਰਨਾ ਹੈ ਤਾਂ ਸਿੱਖ ਚਿਹਰਿਆਂ ਨੂੰ ਜੱਟ ਚਿਹਰਿਆਂ ਨੂੰ ਜ਼ਰੂਰ ਹੀ ਲੈਣਾ ਪਊਗਾ। ਇਹੀ ਕਾਰਨ ਹੈ ਕਿ ਪਰ ਇਹ ਸਭ ਦੇ ਬਾਵਜੂਦ ਵੀ ਅਸੀਂ ਦੇਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਹਿਰੀ ਇਲਾਕਿਆਂ ਦੇ ਵਿੱਚ ਤਾਂ ਉਸ ਦਾ ਮਾੜਾ-ਮੋਟਾ ਪ੍ਰਭਾਵ ਹੈ। ਕਾਫੀ ਪ੍ਰਭਾਵ ਹੈ ਕਈ ਇਲਾਕਿਆਂ ਦੇ ਵਿੱਚ। ਠੀਕ ਹੈ ਦਸ਼ਕ ਜੀ ਆਪਾਂ ਇਸ ਤੇ ਵੀ ਗੱਲ ਕਰਦੇ ਹਾਂ ਅੱਜ ਤੋਂ ਬਾਅਦ ਲੰਬੀ ਚਰਚਾ ਕਰਦੇ ਹਾਂ। ਸੋ ਦਰਸ਼ਕ ਜੀ ਨੇ ਤੁਹਾਨੂੰ ਬੜੇ ਲੰਬੇ ਵਿਸਥਾਰ ਨਾਲ ਜਿਹੜੀ 195 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਬੀਜੇਪੀ ਨੇ ਉਹਦੇ ਤੇ ਚਰਚਾ ਕੀਤੀ ਹੈ ਸੋ ਉਹਦੇ ਚ ਸਭ ਤੋਂ ਜਿਹੜੀ ਅਹਿਮ ਗੱਲ ਰਹੀ ਸੀ ਕਿ ਪ੍ਰਧਾਨ ਮੰਤਰੀ ਵਾਰਾਨਸੀ ਤੋਂ ਤੀਜੀ ਵਾਰ ਹੈਟ੍ਰਿਕ ਮਾਰਨ ਦੀ ਤਿਆਰੀ ਕਰ ਰਹੇ ਨੇ ਤੇ ਜਿਵੇਂ ਉਹਨਾਂ ਨੇ ਨਾਰਾ ਦਿੱਤਾ ਕਿ ਇਸ ਵਾਰ 400 ਪਾਰ ਤੇ ਇਸ ਕਰਕੇ ਅਗਰ ਹੁਣ ਵਾਰਾਨਸੀ ਤੋਂ ਹੈਟ੍ਰਿਕ ਮਾਰਦੇ ਹੈ ਤਾਂ ਅਗਲੀ ਕੁਰਸੀ ਪ੍ਰਧਾਨ ਮੰਤਰੀ ਦੀ ਕਿਸ ਦੀ ਹੋਏਗੀ ਜਾਂ ਕਿਹੜੀ ਪਾਰਟੀ ਦੀ ਹੋਏਗੀ ਇਹ ਤਾਂ ਪਾਰਟੀ ਟਾਈਮ ਸਮਾਂ ਹੀ ਦੱਸੇਗਾ ਸੋ ਇੱਕ ਵਾਰ ਨਾ ਸੀ ਇੱਕ ਬੜਾ ਅਹਿਮ ਇਲਾਕਾ ਕਿਉਂਕਿ ਰਾਮ ਮੰਦਰ ਦਾ ਏਰੀਆ ਪੈਂਦਾ ਉਸ ਏਰੀਏ ਦੇ ਵਿੱਚ ਤਾਂ ਇਸ ਕਰਕੇ ਜਿਹੜਾ ਵੋਟ ਬੈਂਕ ਹੈ ਜ਼ਿਆਦਾਤਰ ਤਾਂ ਭਾਜਪਾ ਨੂੰ ਲੱਗਦਾ ਹੈ ਕਿ ਇਸ ਵਾਰ ਹੈਟ੍ਰਿਕ ਹੈ ਉਹ ਮਾਰਨ ਦੀ ਪੱਕੀ ਹੈ ਆਪਾਂ ਗੱਲ ਕਰ ਰਹੇ ਸੀਗੇ ਭਾਜਪਾ ਵੱਲੋਂ 195 ਉਮੀਦਵਾਰਾਂ ਦੀ ਜਾਰੀ ਲਿਸਟ ਦੀ ਸੋ ਉਸ ਦੇ ਵਿੱਚ ਚੱਲਦੇ-ਚੱਲਦੇ ਇੱਕ ਗੱਲ ਹੋਰ ਨਿਕਲ ਕੇ ਆਈ ਕਿ ਬੀਜੇਪੀ ਨੇ ਪੰਜਾਬ ਦੀ ਜਿਹੜੀ ਲਿਸਟ ਆ ਰਿਲੀਜ਼ ਕਿਉਂ ਨਹੀਂ ਕੀਤੀ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਕਿਉਂ ਨਹੀਂ ਕੀਤਾ ਸੋ ਇਸ ਦੇ ਵਿੱਚ ਇਹ ਗੱਲ ਵੀ ਇੱਕ ਸਾਹਮਣੇ ਆਈ ਹੈ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜ ਹੈ ਉਹਦੇ ਗੱਲਬਾਤ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਕਿਤੇ ਨਾ ਕਿਤੇ ਉਹ ਕਿਸਾਨ ਸੰਘਰਸ਼ ਕਰਕੇ ਰੋਗੀ ਸੀ ਸੋ ਦਰਸ਼ਕ ਜੀ ਆਪਾਂ ਇਹ ਜਿਹੜੀ ਗੱਲ ਕਰ ਰਹੇ ਸੀਗੇ ਕਿ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਸੰਘਰਸ਼ ਚੱਲ ਰਿਹਾ ਤਾਂ ਕਿਸਾਨ ਸੰਘਰਸ਼ ਦੇ ਵਿੱਚ ਦੇ ਦੌਰਾਨ ਹੀ ਜਿਹੜਾ ਗੱਠ ਜੁੜਾ ਹੋ ਸਕਦਾ ਦੇਖੋ ਗੱਲ ਇਹ ਹੈ ਕਿ ਕਿਸਾਨੀ ਜਿਹੜੀ ਹੈਗੀ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਮਤਲਬ ਹੈ ਵੋਟ ਹੈ ਤੇ ਪੰਜਾਬ ਦੀ ਜਿਹੜੀ ਅਰਥਵਿਵਸਥਾਇਕੀ ਸਾਡੀ ਦੇ ਉਤੇ ਨਿਰਭਰ ਹੈ ਇਸ ਸਮੇਂ ਕਿਸਾਨ ਜਿਹੜੇ ਹੈਗੇ ਆ ਸੰਘਰਸ਼ ਕਰ ਰਿਹਾ ਹੈ ਇਸ ਸੰਘਰਸ਼ ਦੇ ਕਾਰਨ ਹੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ ਵੱਖ ਹੋਣਾ ਪਿਆ ਸੀਗਾ ਤੇ ਉਹਦਾ ਕਾਰਨ ਇਹੀ ਸੀਗਾ ਕਿ ਜਦੋਂ ਅਕਾਲੀ ਦਲ ਨੂੰ ਇਹ ਲੱਗਿਆ ਕਿ ਇਸ ਸਮੇਂ ਜਿਹੜਾ ਕਿਸਾਨ ਸੰਘਰਸ਼ ਹੈ ਉਹਦੇ ਹੁੰਦਿਆ ਜੇ ਅਕਾਲੀ ਲਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਰਹਿੰਦਾ ਤਾਂ ਉਹਦੇ ਨਾਲ ਉਸ ਨੂੰ ਨੁਕਸਾਨ ਹੋ ਸਕਦਾ ਹੈ ਉਹਦਾ ਹੋਇਆ ਵੀ ਹੈ ਉਹਦੀ ਆਪਾਂ ਦੇਖੋ ਵਿਧਾਨ ਸਭਾ ਚੋਣਾਂ ਦੇਖ ਲਈਏ ਉਸ ਤੋਂ ਬਾਅਦ ਸੰਗਰੂਰ ਦੀ ਚੋਣ ਦੇਖ ਲਈਏ ਤੇ ਉਸ ਤੋਂ ਬਾਅਦ ਜਲੰਧਰ ਦੀ ਚੋਣ ਦੇਖਦੇ ਆ ਲਗਾਤਾਰ ਹਾਸ਼ੀਏ ਵੱਲ ਜਾ ਰਹੇ ਤੇ ਅਕਾਲੀ 당 ਹਾਸ਼ੀਏ ਵੱਲ ਜਾ ਰਿਹਾ ਹੈ ਉਹਦਾ ਕਾਰਨ ਕੁਝ ਹੋਰ ਵੀ ਹੈਗੇ ਆ ਖਾਸ ਕਰਕੇ ਜਿਹੜੇ ਸਿੱਖੀ ਨਾਲ ਮੁੱਦੇ ਸੰਬੰਧਿਤ ਮੁੱਦੇ ਆ ਉਹਨਾਂ ਨੂੰ ਉਹਨਾਂ ਤੋਂ ਬੇਮੁਖ ਹੋਇਆ ਅਕਾਲੀ ਦਲ ਤੇ ਇਹਦੇ ਨਾਲ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਹੁਣ ਇਹੀ ਕਾਰਨ ਹੈ ਕਿ ਲਗਾਤਾਰ ਅਕਾਲੀ ਦਲ ਨੇ ਆਪਣੀਆਂ ਜੜੀਆਂ ਸਰਗਰਮੀਆਂ ਸੀਗੀਆਂ ਉਹ ਰੋਕ ਦਿੱਤੀਆਂ ਤੇ ਉਹਨਾਂ ਨੂੰ ਵਾਰੀ-ਵਾਰੀ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਤੇ ਇਹ ਜਿਹੇ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਹੁਣ ਤੱਕ ਬੜੇ ਇਸ ਤਰ੍ਹਾਂ ਦੇ ਤੇਵਰ ਦਿਖਾ ਰਹੀ ਸੀਗੀ ਕਿ ਅਸੀਂ ਜੇਕਰ ਹੁਣ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਾਂਗੇ ਤਬ ਵਡੇ ਭਰਾ ਦੀ ਭੂਮਿਕਾ ਅਦਾ ਕਰਾਂਗੇ ਹੁਣ ਸਮੱਸਿਆ ਫਿਰ ਜਿਹੜੇ ਕਿਸਾਨਾਂ ਅੰਦੋਲਨ ਦੀ ਆ ਗਈ ਹੈ ਕਿਸਾਨ ਇਸ ਸਮੇਂ ਜਿਹੜੇ ਪ੍ਰਮੁੱਖ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਘੇਰਾਬੰਦੀ ਕਰ ਰਹੇ ਨੇ ਤੇ ਇਹੀ ਕਾਰਨ ਹੈ ਕਿ ਜਿਹੜੀ ਇਸ ਸਮੇਂ ਭਾਰਤੀ ਜਨਤਾ ਪਾਰਟੀ ਵੀ ਬੈਕਫੁੱਟ ਤੇ ਆ ਗਈ ਹੈ ਤੇ ਉਸ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਜਿਹੜਾ ਗੱਲ ਸਮਝੌਤਾ ਕਰ ਸਕਦੇ ਆ ਹੋਣਾ ਚਾਹੀਦਾ ਸੁਨੀਲ ਜਾਖੜ ਜਿਹੜੇ ਕਹਿੰਦੇ ਆ ਤੇ ਅਕਾਲੀ ਦਲ ਇਸ ਸਮੇਂ ਚਾਹੁੰਦਾ ਤਾਂ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋ ਜੇ ਪਰ ਫੇਰ ਕਿਸਾਨ ਮੁੱਦੇ ਸਾਹਮਣੇ ਆ ਜਾਂਦੇ ਜੇਕਰ ਉਸ ਨੇ ਭਾਰਤ ਜਿਹੜਾ ਹੈ ਕਿਸਾਨਾਂ ਦੇ ਨਾਲ ਸਮਝੌਤਾ ਜਾਂ ਆਪਾਂ ਆਪਦੀ ਜਨਤਾ ਪਾਰਟੀ ਨਾਲ ਸਮਝੌਤਾ ਕਰ ਲਿਆ ਤੇ ਕਿਸਾਨ ਫੇਰ ਉਸ ਤੋਂ ਬੇਮੁਖ ਹੋ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਵੋਟ ਬੈਂਕ ਨੂੰ ਫੇਰ ਵੱਡੇ ਢਾਹ ਲੱਗਣ ਦੀ ਹਾਂ ਸਿਆਸੀ ਨੁਕਸਾਨ ਹੋ ਸਕਦਾ ਇਸ ਗੱਲ ਕਰਕੇ ਇਸ ਗਠਜੋੜ ਦੇ ਉੱਤੇ ਪ੍ਰਸ਼ਨ ਚਿੰਨ ਲੱਗਿਆ ਹੋਇਆ ਤੇ ਪਰ ਇਹ ਹੈ ਕਿ ਦੂਜੇ ਪਾਸੇ ਕਿਸਾਨ ਵੀ ਅਲੱਗ-ਥਲਗ ਚੱਲ ਰਹੇ ਨੇ ਤੇ ਤੁਹਾਨੂੰ ਪਤਾ ਹੀ ਹੈ ਸਾਰੀਆਂ ਹੀ ਜਥੇਬੰਦੀਆਂ ਅੱਡੋ-ਅੱਡ ਆਪਣੇ ਪ੍ਰੋਗਰਾਮ ਚਲਾ ਰਹੀਆਂ ਨੇ ਤੇ ਇਹ ਸਬੰਧ ਵਿੱਚ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ ਸ਼ੁਭਕਰਨ ਉਹਨਾਂ ਦੀ ਮੌਤ ਹੋਈ ਹੈ ਕਿ ਕਿਸਾਨ ਸ਼ੰਭੂ ਬਾਰਡਰ ਦੇ ਤੇ ਇਕਨੌਰੀ ਬਾਰਡਰ ਦੇ ਉੱਤੇ ਜਿਹੜੇ ਸਰਕਾਰ ਨੇ ਉਹ ਦਿੱਲੀ ਕੂਚ ਕਰਨਾ ਚਾਹ ਰਹੇ ਨੇ ਪਰ ਉਹਨਾਂ ਦਾ ਪ੍ਰੋਗਰਾਮ ਵਾਰੀ-ਵਾਰੀ ਅੱਗੇ ਪੈ ਰਿਹਾ ਹੈ ਇਸ ਸਬੰਧ ਵਿੱਚ ਰੁਪਾਣਾ ਜੀ ਤੁਸੀਂ ਕਾਫੀ ਰਿਪੋਰਟਾਂ ਵੀ ਤਿਆਰ ਕੀਤੀਆਂ ਨੇ ਤੁਸੀਂ ਬੜੀ ਜਾਣਕਾਰੀ ਹਾਸਲ ਕੀਤੀ ਹੈ ਕੀ ਕੁਝ ਅੱਜ ਹੋਣ ਵਾਲਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਅੰਦਾਜ਼ ਕਿ ਜਿਹੜਾ ਕਿਸਾਨ ਸੰਘਰਸ਼ ਹੈ ਇਹ ਆਪਾਂ ਦੇਖ ਰਹੇ ਹਾਂ ਕਿ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਜਿਵੇਂ ਆਪਾਂ ਲਾ ਲਓ ਵੀ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਰਹੱਦਾਂ ਉਹਦੇ ਵਿੱਚ ਚاہے ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਉਤੇ ਕਿਸਾਨ ਲਗਾਤਾਰ ਬੈਠੇ ਨੇ ਬੇਸ਼ੱਕ ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਹਰਿਆਣਾ ਨੇ ਜਿਹੜੇ ਪੰਜਾਬ ਤੋਂ ਹਰਿਆਣਾ ਨੂੰ ਜਾਣ ਵਾਲੇ ਰਸਤੇ ਸਾਰੇ ਬਿਲਕੁਲ ਬਲੌਕ ਕਰਤੇ ਸੀਗੇ ਪਰ ਜਦੋਂ ਹਰਿਆਣਾ ਨੂੰ ਇਹ ਲੱਗਿਆ ਕਿ ਕਿਸਾਨ ਸ਼ੰਭੂ ਤੇ ਖਨੌਰੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਣਗੇ ਤਾਂ ਕਿਤੇ ਨਾ ਕਿਤੇ ਹਰਿਆਣਾ ਨੇ ਜਿਹੜੇ ਦੂਜੇ ਰਸਤੇ ਸੀਗੇ ਕੋਈ ਭੇਵੇਂ ਨੂੰ ਜਾ ਰਿਹਾ ਹੈ ਕੋ ਦੇਵੀਗੜ੍ਹ ਹੋ ਕੇ ਜਾ ਰਿਹਾ ਕੋ ਕਨੌਰ ਨੂੰ ਹੋ ਕੇ ਜਾ ਰਿਹਾ ਜਾਂ ਲਾਲੂ ਵਾਲੂ ਸਾਈਡ ਅੱਗੇ ਡੇਰਾ ਬਸੀ ਨੂੰ ਜਾ ਰਿਹਾ ਉਹ ਰਸਤੇ ਕਿਤੇ ਨਾ ਕਿਤੇ ਖੋਲੇ ਸੀਗੇ ਸੋ ਜਿਹੜੀ ਹੁਣ ਕਾਲ ਦਿੱਤੀ ਆ ਕਿਸਾਨਾਂ ਨੇ ਇੱਕ ਤਾਂ ਬੜੀ ਮੰਦ ਭਾਗੀ ਘਟਨਾ ਦੀ ਆਪਾਂ ਗੱਲ ਕਰਕੇ ਹਟਿਆ ਕਿ ਸ਼ੁਭ ਕਰਨ ਦੇ ਅੱਜ ਅੰਤਿਮ ਅਰਦਾਸ ਹੈ ਉਸ ਅੰਤਿਮ ਅਰਦਾਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਦੇਗਜ਼ ਲੀਡਰ ਦੇ ਪਹੁੰਚਣ ਦੀ ਵੀ ਸੁਭਾਵਨਾ ਹੈ ਕਿਸਾਨ ਆਗੂ ਤਾਂ ਹੋਣਗੇ ਕਿਸਾਨ ਆਗੂ ਇੱਕ ਹੋਰ ਵੀ ਹੈ ਕਿ ਬੇਸ਼ੱਕ ਐਸਕੇਐਮ 2 ਹੈ ਇੱਕ ਮੇਨ ਐਸਕੇਐਮ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਇੱਕ ਐਸਕੇਐਮ ਗੈਰ ਰਾਜਨੀਤਿਕ ਹੈ ਸੋ ਦੋਨਾਂ ਦੇ ਲੀਡਰ ਆ ਉਹ ਪਹੁੰਚਣਗੇ ਜੇ ਇੱਕ ਵੀ ਜਥੇਬੰਦੀ ਦਾ ਲੀਡਰ ਉਥੇ ਨਹੀਂ ਆਏਗਾ ਤਾਂ ਕਿਤੇ ਨਾ ਕਿਤੇ ਉਹਦੇ ਉੱਪਰ ਇੱਕ ਪ੍ਰਸ਼ਨ ਚਿੰਨ ਲੱਗੇਗਾ ਲੋਕ ਉਹਨਾਂ ਸਵਾਲ ਜਵਾਬ ਕਰਨਗੇ ਕਿਸਾਨ ਵੀ ਸਵਾਲ ਜਵਾਬ ਕਰਨਗੇ ਕਿ ਇਹ ਇੱਕ ਜਿਹੜੀ ਸ਼ਰਧਾਜਲੀ ਸਮਾਗਮ ਹੈ ਕਿਸੇ ਦਾ ਆਪਣਾ ਨਹੀਂ ਹੈਗਾ ਤੇ ਕਿਸੇ ਜਥੇਬੰਦੀ ਦਾ ਨਹੀਂ ਹੈ ਇਹ ਜਿਹੜੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸ਼ੁਭਕਰਨ ਨੇ ਤਾਂ ਉਹ ਕਿਸਾਨਾਂ ਲਈ ਦਿੱਤੀ ਹੈ ਸਮੁੱਚੇ ਕਿਸਾਨ ਜਥੇਬੰਦੀਆਂ ਦੀ ਦਿੱਤੀ ਹੈ ਸਮੁੱਚੇ ਕਿਸਾਨਾਂ ਦੀ ਮੰਗਾਂ ਲਈ ਦਿੱਤੀ ਹੈ ਇਸ ਕਰਕੇ ਹਰ ਲੀਡਰ ਦਾ ਉੱਥੇ ਪਹੁੰਚਣਾ ਜ਼ਰੂਰੀ ਹੋਏਗਾ ਨਾ ਚਾਹੁੰਦੇ ਹੋਏ ਵੀ ਕਿਸਾਨ ਲੀਡਰਾਂ ਨੂੰ ਉੱਥੇ ਪਹੁੰਚਣਾ ਪਏਗਾ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਕਿ ਕਿਸਾਨਾਂ ਨੇ ਸ਼ੁਭਕਰਨ ਦੀ ਜਿਹੜੀ ਸ਼ਰਧਾਜਲੀ ਸਮਾਗਮ ਖਤਮ ਹੋਣ ਤੋਂ ਬਾਅਦ ਇੱਕ ਐਲਾਨ ਕੀਤਾ ਕਿ ਪਹਿਲਾਂ ਐਲਾਨ ਕੀਤਾ ਕਰ ਲੇ ਕਿ ਜਦੋਂ ਸ਼ਰਧਾਜਲੀ ਸਮਾਗਮ ਖਤਮ ਹੋਏਗਾ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਬਾਰਡਰ ਪੈਂਦਾ ਹੈ ਡੱਬ ਵਾਲੀ ਹੂੰ ਤੇ ਤੁਸੀਂ ਦੇਖਿਆ ਹੋਵੇਗਾ ਦੱਸਿਓ ਕਿ ਡੱਬ ਵਾਲੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਹਰਿਆਣਾ ਬਾਰਡਰ ਪੈਂਦਾ ਉਹ ਵੀ ਮੇਨ ਹੈ ਮਤਲਬ ਮੇਨ ਹਾਈਵੇ ਆ ਉਧਰ ਨੂੰ ਕੋਚ ਕਰਨਾ ਕਿ ਉੱਥੋਂ ਅਸੀਂ ਦਿੱਲੀ ਨੂੰ ਕੋਚ ਕਰਾਂਗੇ ਚਲੋ ਇੱਕ ਕਹਿਣ ਦੀਆਂ ਗੱਲਾਂ ਕਿ ਦਿੱਲੀ ਕੋਚ ਕਰਾਂਗੇ ਹੁਣ ਕਿਸਾਨਾਂ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਤਾ ਹੈ ਕਿ ਅਸੀਂ ਦਿੱਲੀ ਵੱਲ ਹੁਣ ਸ਼ਾਇਦ ਨਹੀਂ ਜਾ ਸਕਦੇ ਕਿਉਂਕਿ ਜਦੋਂ ਪਹਿਲਾਂ 2020 'ਚ ਨਿਕਲੇ ਸੀ ਨਾ ਕਿਸਾਨਾਂ ਨੇ ਬੈਰੀਕੇਟਿੰਗ ਤੋੜੀ ਸੀ ਉਦੋਂ ਮਾਹੌਲ ਕੁਝ ਹੋਰ ਸੀਗਾ ਉਦੋਂ ਮਾਹੌਲ ਇਹ ਸੀਗਾ ਕਿ ਹਰਿਆਣੇ ਨੇ ਜਿਹੜੀ ਬੈਰੀਕੇਟਿੰਗ ਆਮ ਰੂਟੀਨ 'ਚ ਕਰਦੇ ਆ ਜਿਵੇਂ ਲੋਹੇ ਦੇ ਬੈਰੀਕੇਟਿੰਗ ਲੱਗੇ ਸਿਰਫ ਉਹ ਸੀ ਉਹ ਟਰੈਕਟਰ ਨਾਲ ਤੋੜ ਤੇ ਤੇ ਆਪਾਂ ਨਿਕਲ ਗਏ ਨਿਕਲ ਕੇ ਆਪਾਂ ਦਿੱਲੀ ਦੇ ਬਰੂਆਂ ਤੇ ਜਾ ਬੈਠੇ ਪਰ ਜਿਹੜੀ ਹੁਣ ਹਰਿਆਣਾ ਨੇ ਤਿਆਰੀ ਕੀਤੀ ਹੋਈ ਹੈ ਕੰਕਰੀਟ ਦੇ ਬੈਰੀਕੇਟਿੰਗ ਹੈ ਲੋਹੇ ਦੀ ਬੈਰੀਕੇਟਿੰਗ ਹੈ ਜਾਂ ਜਿਹੜੀ ਮਿੱਟੀ ਦੇ ਭਰ ਕੇ ਡੰਪਰ ਵਗੈਰਾ ਵੱਡੇ ਲਾਏ ਹੋਏ ਨੇ ਉਹਨੂੰ ਤੋੜਨਾ ਆਸਾਨ ਨਹੀਂ ਹੈਗਾ ਜੇ ਉੱਥੋਂ ਆਪਾਂ ਨਿਕਲ ਨਹੀਂ ਸਕਦੇ ਸੋ ਪੈਰਾ ਮਿਲਟਰੀ ਫੋਰਸ ਵੀ ਲੱਗੀ ਹੋਈ ਹੈ ਪਰ ਕਿਤੇ ਨਾ ਕਿਤੇ ਜਿਹੜਾ ਦਿੱਲੀ ਚ ਕੂਚ ਦਾ ਜਿਹੜਾ ਪ੍ਰੋਗਰਾਮ ਅੱਜ ਹੈਗਾ ਸ਼ਰਧਾਜ ਸਮਾਗਮ ਤੋਂ ਬਾਅਦ ਸੋ ਇੱਕ ਹੋਰ ਵੀ ਗੱਲ ਮੇਰੀ ਅੱਜ ਸਵੇਰੇ ਉੱਥੋਂ ਦੇ ਜਿਹੜੇ ਨੀਲੇ رپورਟਰ ਨੇ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਨੇ ਵੀ ਪੰਜਾਬ ਪੁਲਿਸ ਨੇ ਵੀ ਨਾਕਾ ਬੰਦੀ ਕਰਤੀ ਹੈ ਜਦੋਂ ਆਪਾਂ ਡੱਬਾ ਵਾਲੀ ਤੋਂ ਨਾ ਥੋੜੇ ਇੱਕ 5 7 10 ਕਿਲੋਮੀਟਰ ਪਹਿਲਾਂ ਇੱਕ ਏਰੀਆ ਪੈਂਦਾ ਡੂਮਾ ਵਾਲੀ ਉਹ ਡੂਮਾ ਵਾਲੀ ਪੰਜਾਬ ਪੁਲਿਸ ਨੇ ਬੈਰੀਕੇਟਿੰਗ ਕਰਤੀ ਹੈ ਕਿ ਕਿਸਾਨਾਂ ਨੂੰ ਸ਼ਾਇਦ ਉਸ ਤੋਂ ਅੱਗੇ ਵੀ ਨਾ ਨਿਕਲ ਦਿੱਤਾ ਜਾਵੇ ਕਿਉਂਕਿ ਅੱਗੇ ਕਿਸਾਨ ਪੰਜਾਬ ਪੁਲਿਸ ਨੂੰ ਪਤਾ ਹੈ ਵੀ ਜਿਵੇਂ ਖਨੌਰੀ ਹੋਇਆ ਤੇ ਅਗਰ ਕਿਸਾਨ ਉੱਥੇ ਜਾਂਦੇ ਨੇ ਡੱਬਾ ਵਾਲੀ ਤੱਕ ਤੇ ਪਹਿਲਾਂ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਕਿਉਂਕਿ ਅਗਰ ਕੋਈ ਜਾਨੀ ਨੁਕਸਾਨ ਸਰਾਧ ਤਾਂ ਉਹਦੇ ਲੈਣੇ ਤੋਂ ਦੇਣੇ ਆ ਜਿਹੜੇ ਪੰਜਾਬ ਸਰਕਾਰ ਨੂੰ ਭੁਗਤਣੇ ਪੈਂਦੇ ਆ ਹਾਂ ਇਹ ਤਾਂ ਪੰਜਾਬ ਪ੍ਰਸ਼ਾਸਨ ਨੂੰ ਭੁਗਤਣੇ ਪੈਂਦੇ ਆ ਹਾਂ ਉਹਦਾ ਕਾਰਨ ਇਹੀ ਹੈ ਕਿ ਹਾਈ ਕੋਰਟ ਨੇ ਵੀ ਹਰਿਆਣਾ ਤੇ ਪੰਜਾਬ ਸਰਕਾਰ ਦੋਨਾਂ ਨੂੰ ਫਟਕਾਰ ਲਗਾਈ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਸਰਕਾਰ ਨੂੰ ਤਾਂ ਇਹ ਗੱਲ ਕਹੀ ਹੈ ਕਿ ਇਹ ਅੱਤਵਾਦੀ ਨਹੀਂ ਹੈਗੇ ਜਾਂ ਤੁਸੀਂ ਵੀ ਅੱਤਵਾਦੀ ਨਹੀਂ ਹੈਗੇ ਕਿ ਇਸ ਤਰੀਕੇ ਨਾਲ ਗੋਲੀਆਂ ਚਲਾਓ ਤੇ ਨੌਜਵਾਨਾਂ ਨੂੰ ਮਾਰੋ ਤੇ ਹਰਿਆਣਾ ਪੰਜਾਬ ਸਰਕਾਰ ਦੇ ਉੱਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ ਕਿ ਉਸਨੇ ਇਹਨਾਂ ਕਿਸਾਨਾਂ ਨੂੰ ਸੰਭਾਲਿਆ ਨਹੀਂ ਹੈਗਾ ਤੇ ਪਰ ਇਹ ਹੈ ਕਿ ਇਹ ਇੱਕ ਸਿਆਸੀ ਜਿਹੜਾ ਹੈਗਾ ਦੂਸ਼ਨਬਲ ਦੀ ਦਾ ਵੀ ਕਾਰਨ ਬਣ ਸਕਦਾ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ ਤੇ ਕਿਸਾਨਾਂ ਨੂੰ ਅੱਗੇ ਨਹੀਂ ਬਦਲ ਦਿੱਤਾ ਜਾ ਰਿਹਾ ਤੇ ਉਸ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਪਹਿਲਾਂ ਹੀ ਕਹਿ ਰਹੀਆਂ ਨੇ ਕਿ ਮਾਨ ਸਰਕਾਰ ਇਸ ਸਮੇਂ ਕੇਂਦਰ ਦੇ ਨਾਲ ਰਲਈ ਹੋਈ ਹੈ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੇ ਵਿੱਚ ਰੁਕਾਵਟ ਬਣ ਰਹੀ ਹੈ ਕਿਸੇ ਤਰ੍ਹਾਂ ਇਸੇ ਕਰਕੇ ਦੱਸ ਕਿ ਜੀ ਇਸੇ ਕਰਕੇ ਹੀ ਪੰਜਾਬ ਪੁਲਿਸ ਨੇ ਪਹਿਲੀ ਬੈਰੀਕੇਟਿੰਗ ਕਰਤੀ ਕਿ ਕਿਸਾਨ ਅੱਗੇ ਨਾ ਜਾਣ ਤਾਂ ਕਿ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਇਦਾਂ ਦੇ ਬਿਆਨਵਾਇ ਦੇ ਸਾਹਮਣੇ ਨਾ ਕਰਨਾ ਪਵੇ ਔਰ ਇਸ ਤੋਂ ਵੱਡੀ ਗੱਲ ਹੋਰ ਹੈ ਕਿ ਕਿਸਾਨ ਜਥੇਬੰਦੀਆਂ ਨੇ ਸਮੂਚੀਆਂ ਨੇ ਹਮ ਦੇਸ਼ ਦੀਆਂ ਸਮੂਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ 14 ਮਾਰਚ ਨੂੰ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੋਇਆ ਹੈ ਦਿੱਲੀ ਜੀ ਪਰ ਹੁਣ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਐਲਾਨ ਕਰਤਾ ਕਿ ਅਸੀਂ ਜਿਵੇਂ ਹਰਿਆਣਾ ਸਰਕਾਰ ਕਹਿੰਦੀ ਹੈ ਜਾਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਟਰੈਕਟਰ ਨਾਲ ਲੈ ਕੇ ਜਾਓ ਤੁਸੀਂ ਬੱਸਾਂ ਰਾਈ ਆਜੋ ਤੁਸੀਂ ਟ੍ਰੇਨਾਂ ਰਾਈ ਆਜੋ ਤਾਂ ਉਹਨਾਂ ਨੇ ਉਦੋਂ ਹੀ ਪ੍ਰੋਗਰਾਮ ਬਣਾ ਲਿਆ ਕਿ ਠੀਕ ਹੈ ਜੀ ਅਸੀਂ ਬੱਸਾਂ ਰਾਈ ਟ੍ਰੇਨਾਂ ਰਾਈ ਆਵਾਂਗੇ ਤੇ ਉੱਥੇ ਮਹਾਪੰਚਾਇਤ ਕਰਾਂਗੇ ਪਰ ਗੱਲ ਇਹ ਹੈ ਕਿ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਕਿਸਾਨ ਨਾ ਇਕੱਠੇ ਹੋ ਜਾਣ ਹਮ ਕਿਤੇ ਨਾ ਕਿਤੇ ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਡਰ ਫੇਰੀ ਸਤਾ ਰਿਹਾ ਜੀ ਜੀ ਕਿ 14 ਮਾਰਚ ਨੂੰ ਜੇਕਰ ਉੱਥੇ ਮਹਾਪੰਚਾਇਤ ਦੇ ਦੌਰਾਨ ਲੱਖਾਂ ਕਿਸਾਨ ਇਕੱਠੇ ਹੋ ਗਏ ਤੇ ਬਾਅਦ ਚ ਵਾਪਸ ਨਾ ਗਏ ਫਿਰ ਜੀ ਜੀ ਠੀਕ ਹੈ ਫਿਰ ਵੀ ਵੱਡੀ ਦਿੱਕਤ ਹੈ ਤੇ ਇਸ ਕਰਕੇ ਉਹ ਹੁਣ ਰੋਕਦੇ ਨੇ ਜਾਂ ਨਹੀਂ ਰੋਕਦੇ ਇਹ ਹਲੇ ਥੋੜੇ ਜਿਹੀ ਦੇਰ ਪਈ ਹੈ ਹਲੇ 10 ਦਿਨ ਪਏ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਜਾਣ ਦਿੰਦੇ ਨੇ ਜਾਂ ਨਹੀਂ ਜਾਣ ਦਿੰਦੇ ਜਾਂ ਕੋਈ ਨਾ ਕੋਈ ਦੁਬਾਰਾ ਫੇਰ ਨਾ ਕਿਤੇ ਹਾਈ ਕੋਰਟ ਚਲੇ ਜਾਵੇ ਕੋਈ ਸਰਕਾਰ ਹੋ ਸਕਦਾ ਸਰਕਾਰ ਕੀ ਕਿਸਾਨਾਂ ਨੂੰ ਨਾ ਜਾਣਾ ਪੈ ਜੇ ਇਸ ਕਰਕੇ ਉਹਦੇ ਲਈ ਉਡੀਕ ਹੈ ਪਰ ਮੇਨ ਵੱਡੀ ਗੱਲ ਅੱਜ ਦੇਖਣ ਨੂੰ ਮਿਲੇਗੀ ਦੁਪਹਿਰ ਤੋਂ ਬਾਅਦ ਕਿ ਕਿਸਾਨ ਜਿਹੜਾ ਦਿੱਲੀ ਕੂਚ ਕਰਦੇ ਨੇ ਡੱਬ ਵਾਲੀ ਬਾਰਡਰ ਤੋਂ ਇਹਨਾਂ ਨੂੰ ਕਿੱਥੇ ਰੋਕਿਆ ਜਾਂਦਾ ਜਾਂ ਕਿੱਥੇ ਰੋਕਣਗੇ ਇਹ ਜਾਂ ਇਹਨਾਂ ਨੂੰ ਕਿੱਥੇ ਖੜਾਇਆ ਜਾਂਦਾ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਕੋਈ ਮੀਟਿੰਗ ਹੋਵੇ ਤਾਂ ਇਹਨਾਂ ਨੂੰ ਜਿਹੜਾ ਪਿੰਡ ਬੱਲੋਂ ਹੈ ਹੋ ਸਕਦਾ ਬੱਲੋਂ ਪਿੰਡ ਦੇ ਵਿੱਚ ਇਹਨਾਂ ਨੂੰ ਉੱਥੇ ਰੋਕ ਦਿੱਤਾ ਜਾਵੇ ਕਿਉਂਕਿ ਉੱਥੋਂ ਹੀ ਲਾਗੇ ਵਧਨ ਦਿੱਤਾ ਜਾਵੇ ਠੀਕ ਹੈ ਹਲੇ ਥੋੜੀ ਦੇਰ ਜਿਹੜੇ ਸਰਦਾਜ ਲਈ ਸਮਾਗਮ ਸਮਾਪਤੀ ਹੋਏਗੀ ਉੱਥੇ ਫਿਰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਫਿਰ ਅਗਲਾ ਫੈਸਲਾ ਫਿਰ ਲਿਆ ਜਾਏਗਾ ਠੀਕ ਹੈ ਮਤਲਬ ਗੱਲ ਇਹ ਹੈ ਕਿ ਕਿਸਾਨ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿਸਾਨ ਸ਼ਗਰਸ਼ ਕਿਉਂ ਕਰਦੇ ਆ ਉਹਨਾਂ ਦੇ ਅੰਦੋਲਨ ਕਿਉਂ ਚੱਲਦੇ ਆ ਉਹਦਾ ਕਾਰਨ ਇਹੀ ਹੈ ਕਿ ਜਿਹੜੀ ਖੇਤੀਬਾੜੀ ਹੈ ਬੜੀ ਅਸੁਰੱਖਿਅਤ ਕੀਤਾ ਹੈ ਕੱਲ ਮੀਂਹ ਪਿਆ ਗੜੇ ਪਏ ਤੇ ਉਹਦੇ ਕਾਰਨ ਜਿਹੜੀ ਇਹ ਫਸਲਾਂ ਵਿਛ ਗਈਆਂ ਕਣਕ ਵਿਛ ਗਈ ਹੈ ਤੇ ਇਸ ਸਬੰਧ ਵਿੱਚ ਤੁਹਾਡੇ ਕੋਲ ਕੀ ਰਿਪੋਰਟ ਹੈ ਵਰਬਲਾ ਜੀ ਦੱਸ ਕਿ ਜਿਹੜਾ ਕੱਲ ਦਾ بارش ਪਈ ਆ ਬੇਮੌਸਮੀ بارش ਆ ਹੂੰ ਕੱਲੇ ਕੱਲ ਨਹੀਂ ਪਈ ਮੌਸਮ ਵਿਭਾਗ ਨੇ orange alert ਜਾਰੀ ਕੀਤਾ ਹੋਇਆ ਕਿ ਅੱਜ ਵੀ ਪਏਗੀ ਸ਼ਨੀਵਾਰ ਐਤਵਾਰ ਤੇ ਸੋਮਵਾਰ ਤਿੰਨ ਦਿਨ ਦਾ alert ਜਾਰੀ ਹੈ ਕਿ بارش ਪੈਣੀ ਆ ਹੁਣ ਇੱਕ ਤਾਂ ਹੁੰਦਾ ਕਿ بارش ਹਲਕੇ ਹਲਕੀ ਪੈ ਰਹੀ ਹੈ ਜਾਂ ਬੱਦਲ ਵਾਈ ਹੈ ਉਹਦੇ ਨਾਲ ਫਸਲਾਂ ਦੇ ਇੰਨਾ ਪਾਲਾ ਨੁਕਸਾਨ ਨਹੀਂ ਹੁੰਦਾ ਪਰ ਜਿਹੜਾ ਕੱਲ بارش ਹੋਈ ਹੈ ਨਾ ਰੁਕ ਰੁਕ ਕੇ ਪਹਿਲਾਂ بارش ਹੋ ਗਈ ਪਾਣੀ ਖੜ ਗਿਆ ਸਾਨੂੰ ਖੇਤਾਂ ਦੇ ਵਿੱਚ ਫਿਰ ਹਵਾ ਚੱਲ ਗਈ ਉਹ ਕੀ ਹੈ ਕਿ ਜਿਹੜੀਆਂ ਫਸਲਾਂ ਪੱਕਣ ਤੇ ਆਈ ਪਈ ਹੈ ਇਸ ਸਮੇਂ ਕਣਕ ਨੂੰ ਧੁੱਪ ਦੀ ਲੋੜ ਹੈ ਬਿਲਕੁਲ ਬਿਲਕੁਲ ਜਿੰਨੀ ਧੁੱਪ ਜ਼ਿਆਦਾ ਪਏਗੀ ਜਿੰਨੀ ਗਰਮੀ ਧੁੱਪ ਹੋਏਗੀ ਉੰਨਿਆਂ ਜਿਹੜੀਆਂ ਕਣਕ ਆ ਉਹ ਜਲਦੀ ਪੱਕਣਗੀਆਂ ਤੇ ਜਿਹੜਾ ਉਹਦਾ ਝਾੜ ਆ ਉਹ ਵਧੇਗਾ ਪਰ ਚਲੋ ਹਲਕਾ بارش ਪੈ ਜਾਂਦੀ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ ਸੀ ਉਹ ਤਾਂ ਬਿਮਾਰੀਆਂ ਧੋਤੀਆਂ ਜਾਣੀਆਂ ਸੀ ਪਰ ਜਿਹੜੀ ਹਵਾ ਚੱਲ ਗਈ ਨਾ ਉਸ ਤੋਂ ਬਾਅਦ ਹਵਾ ਨੇ ਸਾਰੇ ਕਣਕ ਨੂੰ ਵਿਛਾਤਾ ਤੇ ਦਰਸ਼ਕ ਜੀ ਇਹਦਾ ਕੀ ਹੋਏਗਾ ਕਿ ਜਦੋਂ ਕਣਕ ਵਿਛਾਤੀ ਤੇ ਝਾੜ ਘਟੇਗਾ ਅਗਰ ਜੇ بارش 2-3 ਦਿਨ ਇਦਾਂ ਹੀ ਪੈਂਦੀ ਰਹੀ ਤਾਂ ਉਹਦੇ ਚ ਕੀ ਆ ਕਿ ਪਾਣੀ ਖੜ ਗਿਆ ਹੁਣ ਜਿਹੜੇ ਫਸਲਾਂ ਨੇ ਆ ਜਿਹੜਾ ਗਰਮੀ ਦਾ ਮੌਸਮ ਹੋ ਰਿਹਾ ਸਬਜ਼ੀਆਂ ਦੀ ਜਿਹੜੀ ਬਜਾਈ ਹੋ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਹੁਣ ਆਲੂ ਪੱਟ ਰਹੇ ਆ ਜਿਹੜੇ ਤਾਂ ਆਲੂ ਪੱਟ ਕੇ ਸੰਭਾਲੇ ਗਏ ਉਹ ਤਾਂ ਬਚਾਅ ਹੋ ਗਿਆ ਜਿਹੜੇ ਆਲੂਆਂ ਦੀ ਫਸਲ ਅਜੇ ਖੇਤਾਂ ਦੇ ਵਿੱਚ ਪਈ ਹੈ ਧਰਤੀ 'ਚ ਉਹ ਕਾਲੇ ਹੋਣੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਹੁਣ ਜਿੰਨੀ ਦੇਰ ਫਸ ਸੁੱਕੇਗੀ ਨਹੀਂ ਧਰਤੀ ਉਹਨੇ ਉਹਦੀ ਪਟਾਈ ਨਹੀਂ ਹੋਣੀ ਤੇ ਜਦੋਂ ਹੁਣ ਪਟਾਈ ਜਦੋਂ ਤੱਕ ਹੋਣੀ ਹੈ ਫਸਲ ਸੁੱਕਣੀ ਹੈ ਅਗਰ ਜੇ 2 ਦਿਨ ਦੇ ਮੀਂਹ ਇਦਾਂ ਹੀ ਪੈ ਗਿਆ ਉਹਦੇ ਚ ਪਾਣੀ ਖੜ ਜਾਏਗਾ ਜਦੋਂ ਪਾਣੀ ਖੜ ਗਿਆ ਤਾਂ ਫਸਲ ਕਾਲੀ ਹੋਣੀ ਸ਼ੁਰੂ ਹੋ ਜਾਣੀ ਆ ਜਦੋਂ ਆਲੂ ਕਾਲਾ ਹੋ ਗਿਆ ਉਹ ਖਰਾਬ ਹੋ ਜਾਏਗਾ ਉਹ ਖਰੀਦ ਲੈਣਾ ਕਿਸੇ ਨੇ ਨਹੀਂਗਾ ਇਸੇ ਤਰ੍ਹਾਂ ਜਿਵੇਂ ਗਰਮੀਆਂ ਦੀਆਂ ਜਿਹੜੀਆਂ ਮੇਨ ਸਬਜ਼ੀਆਂ ਟਿੰਡੇ ਤੋਰੀ ਭਿੰਡੀ ਤਾਂ ਉਸ ਤੋਂ ਇਲਾਵਾ ਹੋਰ ਕਈ ਫਸਲਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਇਹ ਜਿਹੜੀਆਂ ਫਸਲਾਂ ਜਿਹੜੀਆਂ ਬਾਰਿਸ਼ ਦੇ ਭੇਡ ਚੜ ਰਹੀਆਂ ਨੇ ਤੋਂ ਬਾਰਿਸ਼ ਦੇ ਨਾਲ ਬਹੁਤ ਨੁਕਸਾਨ ਹੋਇਆ ਸੋ ਉਸ ਕੱਲਾ ਪੰਜਾਬ ਚ ਨਹੀਂ ਹੋਰ ਨਾ ਆਲੇ ਦੁਆਲੇ ਜਿਹੜੀਆਂ ਗਵਰਨਟ ਸਟੇਟਾਂ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉੱਥੇ ਕਿਸਾਨਾਂ ਦਾ ਕਿਉਂਕਿ ਕਿਸਾਨ ਅਕਸਰ ਜਿਹੜੇ ਐਮਐਸਪੀ ਮੰਗ ਰਹੇ ਆ ਜਾਂ ਜਿਹੜੇ ਕਿਸਾਨ ਕਰਜ਼ਾ ਮਾਫੀ ਮੰਗ ਰਹੇ ਆ ਸ਼ਾਇਦ ਇਸੇ ਕਰਕੇ ਆ ਕਿ ਹਰ ਸਾਲ ਕਦੇ ਹੜ ਆ ਗਿਆ ਤੇ ਕਦੇ ਨਾ ਕਦੇ ਫਸਲਾਂ ਜਿਹੜੀਆਂ ਹੈਗੀਆਂ ਉਹ ਮਾਰੀਆਂ ਗਈਆਂ ਇਸੇ ਕਰਕੇ ਅਸਲ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਸਭ ਤੋਂ ਅਸੁਰੱਖਿਅਤ ਕੀਤਾ ਜਿਹੜਾ ਹੈਗਾ ਖੇਤੀਬਾੜੀ ਹੈ ਖੇਤੀਬਾੜੀ ਹੈ ਕਿਸੇ ਦਾ ਕਾਰੋਬਾਰ ਹੁੰਦਾ ਅਸੀਂ ਜਿੰਦਾ ਲਾ ਦਨੇ ਆ ਸਾਡੀ ਦੁਕਾਨ ਹੈ ਅਸੀਂ ਲੋਕ ਲਾ ਦਨੇ ਆ ਪਰ ਖੇਤੀ ਦੇ ਤੇ ਕੋਈ ਲੋਕ ਨਹੀਂ ਲੱਗਦਾ ਹੈਗਾ ਇਹ ਮੌਸਮ ਦੇ ਉੱਤੇ ਨਿਰਭਰ ਕਰਦਾ ਹੈ ਤੇ ਨਾਲ-ਨਾਲ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਤੀਜਾ ਭਾਗ ਹੈ ਅੱਜ 11 ਵਜੇ ਦਿਖਾਇਆ ਜਾਊਗਾ ਤੇ ਜਿਹੜੇ YouTube ਜਾਂ Facebook ਦੇ ਉੱਤੇ ਦਰਸ਼ਕ ਇਸ ਨੂੰ ਦੇਖ ਰਹੇ ਨੇ ਉਹ ਲਗਾਤਾਰ ਇਸ ਨੂੰ ਦੇਖ ਸਕਦੇ ਨੇ ਸੋ ਆਪਾਂ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਅਖਬਾਰਾਂ ਦੇ ਉੱਪਰ ਨਜ਼ਰ ਮਾਰੀ ਹੈ ਸੋ ਵਿਸਥਾਰਪੂਰਵਕ ਚਰਚਾ ਕੀਤੀ ਹੈ ਜਾਣਕਾਰੀ ਹਾਸਲ ਕੀਤੀ ਹੈ ਸੋ ਹੁਣ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੀਜਾ ਹਿੱਸਾ ਇਹਦੇ ਵਿੱਚ ਆਪਾਂ ਚਰਚਾ ਕਰਾਂਗੇ ਅੱਜ ਜਾਣਕਾਰੀ ਹਾਸਲ ਕਰਾਂਗੇ ਵੱਖ-ਵੱਖ ਖਬਰਾਂ ਤੇ ਨਜ਼ਰ ਮਾਰਾਂਗੇ ਕਿ ਸਾਡੇ ਸਮਾਜ ਦੇ ਵਿੱਚ ਇੱਕ ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਨਾਲ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਜਿਹੜੀਆਂ ਜਾਨਾਂ ਨੇ ਉਹ ਚਲੀਆਂ ਜਾ ਰਹੀਆਂ ਨੇ ਜਾਨੀ ਨੁਕਸਾਨ ਵੀ ਹੁੰਦੇ ਆ ਜਖਮੀ ਵੀ ਹੋ ਰਿਹਾ ਸੜਕਾਂ ਤੇ ਵਾਰਾ ਪਸ਼ੂ ਫਿਰ ਰਹੇ ਆ ਗਲੀਆਂ ਦੇ ਵਿੱਚ ਅਵਾਰਾ ਕੁੱਤੇ ਫਿਰ ਰਹੇ ਆ ਜਿਹਦੇ ਨਾਲ ਜਾਂਦੇ ਨੁਕਸਾਨ ਹੋ ਰਿਹਾ ਕਦੇ ਬੱਚਿਆਂ ਨੂੰ ਕਟਿਆ ਜਾ ਰਿਹਾ ਕਦੇ ਬਜ਼ੁਰਗਾਂ ਨੂੰ ਕਟਿਆ ਜਾ ਰਿਹਾ ਮਹਿਲਾਵਾਂ ਨੂੰ ਕਟਿਆ ਜਾ ਰਿਹਾ ਸੋ ਇਹਦੇ ਉੱਪਰ ਸਰਕਾਰਾਂ ਕੀ ਕਰ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਸੂਬਾ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿਕ ਖੋਲੇ ਗਏ ਨੇ ਉਹਦੇ ਵਿੱਚ ਕੀ ਕੁਝ ਹੈਗਾ ਲੋਕਾਂ ਨੂੰ ਕੀ ਜਾਣਕਾਰੀ ਮਿਲ ਰਹੀ ਹੈ ਕਿਹੜੀ ਦਵਾਈ ਮਿਲ ਰਹੀ ਹੈ ਕਿਸ ਤਰ੍ਹਾਂ ਮਿਲ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਆਪਾਂ ਜਾਣਕਾਰੀ ਹਾਸਲ ਕਰਾਂਗੇ ਦਰਸ਼ਕੀ ਆਪਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਜਿਹੜੇ ਆਵਾਰਾ ਪਸ਼ੂ ਹੈ ਸੜਕਾਂ ਤੇ ਫਿਰ ਰਹੇ ਆ ਖਾਸ ਕਰਕੇ ਆਪਾਂ ਜਦੋਂ ਮੇਨ ਹਾਈਵੇ ਤੇ ਜਾਂਦੇ ਆ ਤਾਂ ਉੱਥੇ ਆਪਾਂ ਗੱਡੀ ਦੀ ਜਿਹੜੀ ਸਪੀਡ ਹੈ ਚਾਹੇ ਤੁਸੀਂ 50 ਰੱਖ ਲਓ ਚਾਹੇ 100 ਰੱਖ ਲਓ ਠੀਕ ਹੈ ਪਰ ਜਦੋਂ ਅਚਾਨਕ ਕੋਈ ਆਵਾਰਾ ਪਸ਼ੂ ਜਾਂ ਆਵਾਰਾ ਕੁੱਤਾ ਲਾ ਲੋ ਅੱਗੇ ਆ ਗਿਆ ਤਾਂ ਤੁਹਾਡੇ ਤੋਂ ਬ੍ਰੇਕ ਨਹੀਂ ਲੱਗਦੀ ਉਹਨਾਂ ਜਾਣੀ ਨੁਕਸਾਨ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਨੇ ਦੇਖੋ ਸਰਕਾਰਾਂ ਹਰ ਵਾਰ ਬڑے ਦਾਅਵੇ ਕਰਤੀਆਂ ਨੇ ਕਿ ਅਸੀਂ ਇਹਨਾਂ ਅਵਾਰਾ ਕੁੱਤਿਆਂ ਅਵਾਰਾ ਪਸ਼ੂਆਂ ਦੇ ਲਈ ਬੜਾ ਪ੍ਰਬੰਧਕ ਕਰ ਰਹੇ ਹਾਂ ਪਰ ਉਹਨਾਂ ਦੇ ਸਰਕਾਰ ਦੇ ਬਿਆਨ ਉਦੋਂ ਹੀ ਸਾਹਮਣੇ ਆਉਂਦੇ ਨੇ ਜਦੋਂ ਕੋਈ ਖਤਰਨਾਕ ਘਟਨਾ ਵਾਪਰ ਜਾਂਦੀ ਹੈ ਬੜੀ ਵਾਰ ਅਸੀਂ ਦੇਖਿਆ ਕਿ ਤੇਜ਼ ਰਫ਼ਤਾਰ ਨਾਲ ਜਸ ਹੌਲੀ ਵੀ ਗੱਡੀ ਜਾਂਦੀ ਹੋਵੇ ਅਚਾਨਕ ਪਸ਼ੂ ਸਾਹਮਣੇ ਆ ਜਾਂਦਾ ਹੈ ਗੱਡੀ ਬੇਕਾਬੂ ਹੋ ਜਾਂਦੀ ਹੈ ਜਾਂ ਕਿ ਕਿਸੇ ਦਰਖਤ ਨਾਲ ਵੱਜਦੀ ਹੈ ਜਾਂ ਦੂਜੀ ਗੱਡੀ ਦੇ ਨਾਲ ਜਾ ਕੇ ਵੱਜਦੀ ਹੈ ਤੇ ਸਾਡਾ ਬੜਾ ਵੱਡਾ ਜਾਨੀ ਨੁਕਸਾਨ ਹੋ ਜਾਂਦਾ ਹੈ। ਇਹ ਇੱਕ ਸਮਾਂ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਖਾਸ ਤੌਰ ਤੇ ਗਊ ਨੂੰ ਜਿਹੜਾ ਹੈਗਾ ਬਹੁਤ ਹੀ ਪਵਿੱਤਰ ਪਸ਼ੂ ਮੰਨਦੇ ਹਾਰ ਸੀ ਅੱਜ ਤੋਂ ਨਹੀਂ ਸਦੀਆਂ ਤੋਂ ਮੰਨਦੇ ਆ ਹੁਣ ਵੀ ਮੰਨਦੇ ਆ। ਪਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਜਿਹੜੀ ਦੇਸੀ ਗਊ ਆ ਉਹਨੂੰ ਤਾਂ ਇਹ ਪਵਿੱਤਰ ਮੰਨਦੇ ਆ ਤੇ ਜਿਹੜੀ ਵੈਰੈਟੀ ਗਊ ਆ ਉਸ ਨੂੰ ਉਹ ਜਿਹੜਾ ਹੈਗਾ ਗਊ ਮਾਤਾ ਨਹੀਂ ਮੰਨਦੇ ਹੈਗੇ। ਤੇ ਬਹੁਤ ਸਾਰੇ ਲੋਕ ਜਦੋਂ ਗਊਆਂ ਨੂੰ ਰੱਖਦੇ ਨੇ ਜਦੋਂ ਉਹਨਾਂ ਤੋਂ ਦੁੱਧ ਮਤਲਬ ਲੈ ਲੈਂਦੇ ਨੇ ਕਈ ਵਾਰ ਫੰਡਰ ਹੋ ਜਾਂਦੀਆਂ ਨੇ ਤਾਂ ਉਹ ਉਹਨਾਂ ਨੂੰ ਆਵਾਰਾ ਛੱਡ ਦਿੰਦੇ ਨੇ ਤੇ ਇਸ ਗੱਲ ਕਰਕੇ ਕਈ ਵਾਰ ਸਰਕਾਰਾਂ ਨੇ ਕਈ ਵਾਰ ਅਦਾਲਤਾਂ ਨੇ ਵੀ ਇਹ ਹੀ ਕਿਹਾ ਹੈ ਸਰਕਾਰਾਂ ਨੂੰ ਕਿ ਤੁਸੀਂ ਇਹਨਾਂ ਗਊਆਂ ਦਾ ਕੋਈ ਬੰਦੋਬਸਤ ਕਰੋ ਤੇ ਇਹ ਲੋਕ ਇਦਾਂ ਦੇ ਵੀ ਨੇ ਦਰਸ਼ਕ ਜੀ ਵੀ ਜਿਹੜੇ ਗਊਆਂ ਨੂੰ ਸਵੇਰੇ ਛੱਡ ਦਿੰਦੇ ਨੇ ਜੋ ਦੁੱਧ ਚੋਣ ਦਾ ਟਾਈਮ ਹੁੰਦਾ ਤੇ ਉਹ ਲੈ ਕੇ ਫੜ ਕੇ ਅੰਦਰ ਲੈ ਜਾਂਦੇ ਨੇ ਪੰਡਿਤ ਵਾਲੇ ਇਸ ਸਬੰਧ ਵਿੱਚ ਤੁਸੀਂ ਇੱਕ ਤੁਸੀਂ ਪਟਿਆਲੇ ਸ਼ਹਿਰ ਦੀ ਗੱਲ ਕਰਨੀ ਤੇ ਇਹ ਸਬੰਧ ਵਿੱਚ ਬੜੇ ਦੇਰ ਤੋਂ ਇਸ ਗੱਲ ਤੇ ਹੁਕਮ ਹੋ ਚੁੱਕੇ ਨੇ ਕਿ ਜਿਹੜੀਆਂ ਡੈਰੀਆਂ ਨੇ ਉਹ ਅਸੀਂ ਸ਼ਹਿਰ ਤੋਂ ਬਾਹਰ ਕੱਢਣੀਆਂ ਨੇ ਪਰ ਬਹੁਤ ਸਾਰੇ ਲੋਕਾਂ ਦੇ ਹਾਲੇ ਵੀ ਪਸ਼ੂ ਜਿਹੜੇ ਹੈਗੇ ਸ਼ਹਿਰ ਦੇ ਵਿੱਚ ਰੱਖੇ ਹੋਏ ਨੇ ਤੇ ਉਹ ਲੋਕ ਕੀ ਕਰਦੇ ਆ ਅਰ ਸਵੇਰ ਹੁੰਦੀ ਹੈ ਆਪਣੀ ਗਊ ਨੂੰ ਛੱਡ ਦਿੰਦੇ ਆ ਉਹ ਗਊਆਂ ਫੇਰ ਜਿਹੜਾ ਹੈਗਾ ਆਲੇ-ਦਾਲੇ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ ਤੇ ਉਹਦੇ ਨਾਲ ਕਈ ਵਾਰ ਨੁਕਸਾਨ ਵੀ ਹੁੰਦਾ ਕਈ ਵਾਰ ਤੁਸੀਂ ਦੇਖਿਆ ਹੈ ਬਾਜ਼ਾਰ ਦੇ ਵਿੱਚ ਜਿਹੜੇ ਠੱਠੇ ਨੇ ਹੈ ਜੀ ਉਹ ਆਪਸ ਵਿੱਚ ਭੜੜ ਰਹੇ ਹੁੰਦੇ ਨੇ ਉਹ ਕਈ ਵਾਰ ਵੱਡਾ ਨੁਕਸਾਨ ਕਰ ਦਿੰਦੇ ਨੇ ਤੇ ਇਸ ਸਬੰਧ ਵਿੱਚ ਸਰਕਾਰਾਂ ਨੇ ਗਊਸ਼ਾਲਾ ਵੀ ਬਣਾਈਆਂ ਨੇ ਪਰ ਫੇਰ ਵੀ ਇਹ ਸਾਡੇ ਲਈ ਸਮੱਸਿਆ ਬਹੁਤ ਭਾਰੀ ਬਣੀ ਹੋਈ ਹੈ ਇਸ ਤੋਂ ਇਲਾਵਾ ਜਦੋਂ ਆਪਾਂ ਅਵਾਰਾ ਕੁੱਤਿਆਂ ਦੀ ਗੱਲ ਕਰਦੇ ਹਾਂ ਅਵਾਰਾ ਕੁੱਤਿਆਂ ਦੇ ਵਿੱਚ ਇਹ ਬੜੀ ਵੱਡੀ ਤੁਸੀਂ ਦੇਖੋਗੇ ਥੋੜੇ ਜਿਹੜਾ ਗਲੀ ਦੇ ਵਿੱਚ ਅਵਾਰਾ ਕੁੱਤੇ ਬੜੇ ਫਿਰਦੇ ਰਹਿੰਦੇ ਆ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਅਸੀਂ ਸਾਡੇ ਮਨ ਦੇ ਵਿੱਚ ਇਹ ਬਣੀ ਰਹਿੰਦੀ ਹੈ ਸ਼ਰਧਾ ਬਣੀ ਰਹਿੰਦੀ ਹੈ ਕਿ ਇਹ ਇਹਨਾਂ ਜਿਹੜੇ ਪਸ਼ੂ ਨੇ ਇਹਨਾਂ ਨੂੰ ਖਾਣਾ ਦਿਓ ਪੁੰਨ ਹੁੰਦਾ ਹੈ ਕਿਉਂਕਿ ਜਿਹੜਾ ਕੁੱਤਾ ਹੈ ਇਹ ਜਦੋਂ ਤੋਂ ਮਨੁੱਖ ਪੈਦਾ ਹੋਇਆ ਉਹਦਾ ਇੱਕ ਸਾਥੀ ਬਣਿਆ ਰਿਹਾ ਹੈ ਸਾਥੀ ਰਿਹਾ ਵੀ ਹੈ ਪਰ ਕਈ ਵਾਰ ਇਹ ਹੈ ਕਿ ਅੱਜ ਕੱਲ ਕੁੱਤੇ ਜਿਹੜੇ ਹੈਗੇ ਆ ਬੜੀ ਗਿਣਤੀ ਦੇ ਵਿੱਚ ਪਹਿਲੀ ਗੱਲ ਤਾਂ ਗਲੀ ਨੂੰ ਬਹੁਤ ਗੰਦਾ ਕਰਦੇ ਆ ਫਿਰ ਉਸ ਤੋਂ ਬਾਅਦ ਕਈ ਵਾਰ ਲੋਕਾਂ ਨੂੰ ਵੀ ਕੱਟਦੇ ਆ ਭਲੇ ਬੱਚੇ ਸਕੂਲ ਨਹੀਂ ਜਾਂਦੇ ਡਰਦੇ ਕੁੱਤਿਆਂ ਤੋਂ ਕੋਈ ਸੈਰ ਕਰਦੇ ਆ ਸਵੇਰੇ ਉਹ ਨਹੀਂ ਅੱਗੇ ਲੰਘ ਸਕਦਾ ਕਿ ਕੁੱਤੇ ਬੈਠੇ ਹੁੰਦੇ ਆ ਹਾਂ ਤੇ ਇਹ ਇਸ ਸੰਬੰਧ ਵਿੱਚ ਕਈ ਆਪਣੇ ਕੋਲ ਖਬਰਾਂ ਵੀ ਆਈਆਂ ਨੇ ਅ ਪਿਛਲੇ ਦਿਨੀ ਤੁਹਾਡੇ ਅੰਦਰ ਖਨੌਰੀ ਵਾਲੇ ਪਾਸੇ ਇੱਕ ਬਜ਼ੁਰਗ ਨੂੰ ਕੁੱਤਿਆਂ ਨੇ ਵੱਢ ਦਿੱਤਾ ਤੇ ਉਸ ਦੀ ਮੌਤ ਹੋ ਗਈ ਤੇ ਇਸੇ ਤਰੀਕੇ ਦੇ ਨਾਲ ਕਈ ਵਾਰ ਜਿਹੜੇ ਖਤਰਨਾਕ ਕੁੱਤੇ ਰੱਖੇ ਹੁੰਦੇ ਨੇ ਲੋਕਾਂ ਦੇ ਉਹ ਜਿਹੜਾ ਦਿੱਲੀ ਦੇ ਵਿੱਚ ਅੱਜ ਹੀ ਇੱਕ ਖਬਰ ਆਈ ਹੈ ਕਿ ਛੋਟੀ ਬੱਚੀ ਨੂੰ ਕਢੀਸ ਕੇ ਲੈ ਗਿਆ ਜਿਹੜਾ ਹੈਗਾ ਇੱਕ ਖਤਰਨਾਕ ਕੁੱਤਾ ਨਸਲ ਦਾ ਆਪਣੇ ਪਟਿਆਲਾ ਚ ਵੀ ਇੱਕ ਬਰਸੜ ਪਿੰਡ ਨੇੜੇ ਪੈਂਦਾ ਉੱਥੇ ਵੀ ਪਿਛਲੇ ਦਿਨੀ 15 ਦਿਨ ਪਹਿਲਾਂ ਇੱਕ ਜਿਹੜਾ ਛੋਟਾ ਬੱਚਾ ਸੀਗਾ ਉਹਦੀ ਡੈਥ ਹੋ ਗਈ ਕੁੱਤਿਆਂ ਨੇ ਉਹਨੂੰ ਮਤਲਬ ਨੋਚ-ਨੋਚ ਕੇ ਖਾ ਲਿਆ ਤੇ ਡੈਥ ਹੀ ਹੋ ਗਈ ਸੀ ਇਹ ਵੀ ਇੱਕ ਇੱਕ ਹੋਰ ਮੈਂ ਜਿਹੜੇ ਖਾਸ ਤੌਰ ਤੇ ਕੇਂਦਰੀ ਪਸ਼ੂ ਪਾਲਣ ਵਿਭਾਗ ਹੈ ਉਹਨੇ ਜਿਹੜੇ ਅੰਕੜੇ ਜਾਰੀ ਕੀਤੇ ਆ ਉਹਦੇ ਵਿੱਚ ਇਹ ਦੱਸਿਆ ਕਿ 2022 ਦੇ ਵਿੱਚ 22 ਲੱਖ ਲੋਕਾਂ ਨੂੰ ਕੁੱਤਿਆਂ ਨੇ ਕਟਿਆ ਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਕੁੱਤਾ ਕੱਟ ਜਾਂਦਾ ਹੈ ਕਈ ਵਾਰ ਕਈ ਖਤਰਨਾਕ ਕੁੱਤੇ ਜਿਨ੍ਹਾਂ ਨੂੰ ਰੇਬੀਜ਼ ਹੋ ਜਾਂਦੀ ਹੈ ਜਿਹਨੂੰ ਹਲਕਾ ਕਹਿ ਹਾਂ ਜਾਂਦਾ ਹੈ ਹਲਕਾ ਦੇ ਕਾਰਨ ਜਦੋਂ ਕੁੱਤਾ पागल ਹੋ ਜਾਂਦਾ ਹੈ ਤੇ کئی کئی ਲੋਕਾਂ ਨੂੰ ਕੱਟ ਦਿੰਦਾ ਜੇਕਰ ਮੌਕੇ ਦੇ ਉੱਤੇ ਪ੍ਰਬੰਧ ਨਹੀਂ ਹੁੰਦਾ ਹੈਗਾ ਤਾਂ ਉਸ ਦੇ ਨਾਲ ਬੰਦੇ ਨੂੰ ਵੀ ਹਲਕਾ ਹੋ ਜਾਂਦਾ ਤੇ ਬੰਦੇ ਦੀ ਵੀ ਮੌਤ ਹੋ ਜਾਂਦੀ ਹੈ तकरीबन ਇਹ ਦੱਸਿਆ ਗਿਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਲਕਾ ਦੇ ਕਾਰਨ ਕੁੱਤਿਆਂ ਵੱਲੋਂ ਕੱਟਿਆ ਜਾਂਦਾ ਜਾਂ ਮੌਤਾਂ ਹੁੰਦੀਆਂ ਨੇ ਉਹਦੇ ਵਿੱਚ 36% ਭਾਰਤ ਦੇ ਵਿੱਚ ਹੁੰਦੀਆਂ ਨੇ ਤੇ ਜਿੱਥੇ ਹੁਣ ਮੈਂ ਤੁਹਾਨੂੰ ਦੱਸਿਆ ਵੀ ਕੁੱਤਿਆਂ ਦੇ ਕੱਟਣ ਦੀਆਂ ਜਿਹੜੀ ਘਟਨਾਵਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ 2021 ਸੀਗਾ ਤਾਂ 17 ਲੱਖ ਲੋਕਾਂ ਨੂੰ ਕੁੱਤਿਆਂ ਨੇ ਕੱਟਿਆ ਸੀਗਾ ਤੇ 2018 ਦੇ ਵਿੱਚ 75 ਲੱਖ ਲੋਕਾਂ ਨੂੰ ਕੱਟਿਆ ਤੇ 2019 ਦੇ ਵਿੱਚ 72 ਲੱਖ ਲੋਕਾਂ ਨੂੰ ਕੱਟਿਆ ਤੇ ਇਸੇ ਤਰੀਕੇ ਨਾਲ 2020 ਦੇ ਵਿੱਚ 46 ਲੱਖ ਲੋਕਾਂ ਨੂੰ ਕੁੱਤਿਆਂ ਨੇ ਕੱਟਿਆ ਇਸ ਲਈ ਜਿਹੜੀ ਸਰਕਾਰਾਂ ਖਾਸ ਤੌਰ ਤੇ ਠੀਕ ਹੈ ਅਸੀਂ ਕਹਿੰਦੇ ਆਂ ਵੀ ਮਨੁੱਖੀ ਜਿਹੜਾ ਹੈਗਾ ਮਨੁੱਖਾਂ ਦੇ ਅਧਿਕਾਰ ਹੁੰਦੇ ਆ ਪਰਸਨਲ ਦੇ ਵੀ ਅਧਿਕਾਰ ਹੁੰਦੇ ਆ ਤੇ ਇਸ ਸਬੰਧ ਵਿੱਚ ਹਾਈ ਕੋਰਟ ਨੇ ਵੀ ਜਿਹੜਾ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਸੀਗਾ ਕਿ ਜਿਹੜੇ ਵੀ ਲੋਕ ਨੇ ਜਿਨ੍ਹਾਂ ਨੂੰ ਕੁੱਤੇ ਕੱਟ ਜਾਂਦੇ ਆ ਤੇ ਉਹਨਾਂ ਨੂੰ ਮੁਆਵਜ਼ਾ ਦੇਉ ਇੱਕ ਮੁਫਤ ਟੀਕਾ ਵੀ ਲੱਗਦਾ ਸੀਗਾ ਰੈਬੀਜ਼ ਦਾ ਜਿਹੜਾ ਬਖ ਬਖ ਸਰਕਾਰੀ ਹਸਪੀਟਲਾਂ ਦੇ ਵਿੱਚ ਦਰਸ਼ਕ ਜੀ ਜਿਕੇ ਅਸੀਂ ਵੀ ਦੇਖਿਆ ਕਿ ਇੱਕ ਨਾ ਪਿਛਲੇ ਹਫਤੇ ਹੀ ਜਿਹੜੇ ਕੁੱਤੇ ਦੇ ਜਿਹੜੇ ਉਸ ਤੋਂ ਬਾਅਦ ਟੀਕਾ ਲੱਗਦਾ ਸੀਗਾ ਤੇ ਉਹ ਸਰਕਾਰੀ ਰਜਿੰਦਰਾ ਹਸਪੀਟਲ ਦੇ ਵਿੱਚ ਉਪਲਬਧ ਨਹੀਂ ਸੀਗਾ ਉਹ ਬਾਹਰੋਂ ਲਿਖ ਕੇ ਮੰਗਵਾਇਆ ਤੇ ਉਹਦੀ ਜਿਹੜੀ ਕੀਮਤ ਹੈ ਉਹ 1600 ਰੁਪਏ ਕੀਮਤ ਹੈ ਇੱਕ ਟੀਕੇ ਦੀ ਉਹਨੇ ਲਾਲੂ ਇੱਕ ਗਰੀਬ ਬੰਦੇ ਨੂੰ ਅਗਰ ਕੁੱਤਾ ਬਾਹਰ ਕੁੱਤਾ ਕੱਟ ਜਾਂਦਾ ਹੈ ਉਹਨੇ ਉਹ ਇੰਜੈਕਸ਼ਨ ਲਵਾਉਣਾ ਹੈ ਤਾਂ ਉਹਨੂੰ 1600 ਰੁਪਏ ਦਾ ਉਹ ਇੰਜੈਕਸ਼ਨ ਬਾਹਰੋਂ ਖਰੀਦਣਾ ਪਏਗਾ ਜੀ ਜੀ ਤਾਂ ਟੀਕਾ ਲੱਗੇਗਾ ਠੀਕ ਹੈ ਇਸ ਸਬੰਧ ਵਿੱਚ ਜਿਹੜੀ ਸਰਕਾਰਾਂ ਨੇ ਬੜੀਆਂ ਅਵੇਸਲੀਆਂ ਹੋਈਆਂ ਹੁੰਦੀਆਂ ਨੇ ਸਰਕਾਰਾਂ ਵੱਲੋਂ بڑے ਦਮਗਜੇ ਮਾਰੇ ਜਾਂਦੇ ਆ ਵੀ ਅਸੀਂ ਅ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਇਸ ਸਬੰਧ ਵਿੱਚ ਆ ਐਲਾਨ ਕਰ ਦਿੱਤਾ ਪਰ ਜਦੋਂ ਹਕੀਕਤ ਦੇ ਵਿੱਚ ਦੇਖਦੇ ਆ ਤਾਂ ਹਸਪਤਾਲਾਂ ਵਿੱਚ ਟੀਕੇ ਨਹੀਂ ਮਿਲਦੇ ਹੈਗੇ ਤੇ ਜਿਸ ਤਰੀਕੇ ਨਾਲ ਕਈ ਮਤਲਬ ਪ੍ਰੋਗਰਾਮ ਵੀ ਚਲਾਏ ਗਏ ਨੇ ਪਟਿਆਲੇ ਦੇ ਵਿੱਚ ਖਾਸ ਕਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਚਲਾਏ ਹੋਏ ਨੇ ਵੀ ਇਹਨਾਂ ਦੀ ਜਿਹੜੇ ਕੁੱਤਿਆਂ ਦੀ ਜਿਹੜਾ ਹੈਗਾ ਆਪਰੇਸ਼ਨ ਕਰੋ ਤਾਂ ਜੋ ਇਹਨਾਂ ਕੁੱਤਿਆਂ ਦੀ ਆਬਾਦੀ ਨਾ ਵਧੇ ਪਰ ਕਿੰਨੇ ਕਿ ਇਹ ਜਿਹੜਾ ਹੈਗਾ ਇਹ ਆਪਰੇਸ਼ਨ ਹੋਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰੈਸ਼ਨ ਹੈ ਜੀ ਇਹ ਵੀ ਉਹ ਤੋਂ ਲੈ ਕੋਰ ਵੀ ਹੈ ਦਰਸ਼ਕ ਜੀ ਇਹ ਜਿਹੜਾ ਆਪਰੇਸ਼ਨ ਜਦੋਂ ਹੁੰਦੇ ਆ ਤਾਂ ਕੀ ਇਹਦੇ ਨਾਲ ਗਿਣਤੀ ਘਟਦੀ ਹੈ ਲੱਗਦਾ ਨਹੀਂ ਗਿਣਤੀ ਘਟਦੀ ਹੋएगी ਕਿਉਂਕਿ ਸਪੋਜ਼ ਕਰੋ ਇੱਕ ਡੌਗੀ ਹੈ ਉਹਨੂੰ ਲੈ ਕੇ ਜਾਂਦੇ ਨੇ ਆਪਰੇਸ਼ਨ ਕਰਨ ਤੋਂ ਬਾਅਦ ਉੱਥੇ ਮੋੜ ਕੇ ਛੱਡਿਆ ਜਾਂਦਾ ਤੇ ਕਈ ਇੱਕ ਪਿੱਛੇ ਜੇ ਖਬਰ ਵੀ ਆਈ ਸੀ ਕਿ ਇਹ ਲੱਖਾਂ ਰੁਪਏ ਦਾ ਜਿਹੜਾ ਕੰਟਰੈਕਟ ਹੈ ਕੰਪਨੀ ਨੂੰ ਦਿੱਤਾ ਜਾਂਦਾ ਹੈ ਇਹਦੇ ਆਪਰੇਸ਼ਨ ਕਰਨ ਦਾ ਜਿਹੜਾ ਕੰਟਰੈਕਟ ਆ ਉਹ ਦਿੱਤਾ ਜਾਂਦਾ ਹੈ ਕਿਉਂਕਿ ਜਿੱਥੇ ਉਹਨੂੰ ਲੈ ਕੇ ਜਾਣਾ ਕੁੱਤੇ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਉੱਥੇ ਮੁੜ ਕੇ ਛੱਡ ਕੇ ਜਾਣਾ ਤੇ ਕਈ ਕੁੱਤਿਆਂ ਦੇ ਆਪਰੇਸ਼ਨ ਨੇ ਜਿਹੜੇ ਉਹ ਸਕਸੈਸਫੁਲ ਵੀ ਨਹੀਂ ਹੋਈ ਸੀ ਸੋ ਇਹ ਵੀ ਇੱਕ ਕੰਪਨੀਆਂ ਦੇ ਉੱਪਰ ਪਰ ਉਹ ਕੇਸ ਕਿਸੇ ਨੇ ਨਹੀਂ ਕੀਤਾ ਜਾਂ ਕੋਈ ਸਵਾਲ ਕੋਈ ਨਹੀਂ ਕਰਦਾ ਕਿਉਂਕਿ ਜੇ ਤੂੰ ਅਗਰ ਤੁਸੀਂ ਸਵਾਲ ਵੀ ਕਰੋਗੇ ਕੋਈ ਲੀਡਰ ਨੂੰ ਜਾਂ ਕਿਸੇ ਸਬੰਧਤ ਮੰਤਰੀ ਨੂੰ ਜਾਂ ਕਿਸੇ ਨੂੰ ਤੁਸੀਂ ਸਵਾਲ ਕਰਦੇ ਹੋ ਤਾਂ ਉਹਨਾਂ ਕੋਲ ਇੱਕੋ ਹੀ ਰਹਿੰਦਾ ਹੈ ਕਿ ਹਾਂਜੀ ਅਸੀਂ ਤਿਆਰੀ ਕਰ ਰਹੇ ਆ ਈਨੇ ਕਰੋੜ ਦਾ ਬਜਟ ਹੋ ਗਿਆ ਈਨੇ ਸ਼ੈਡ ਪਾਤੇ ਅਸੀਂ ਇਹਦਾ ਕਰਤਾ ਪਰ ਹੋਇਆ ਕੁਝ ਨਹੀਂ ਆ ਹੁਣ ਪਟਿਆਲਾ ਦੀ ਗੱਲ ਕਰੀਏ ਕਿ ਪਟਿਆਲਾ ਸ਼ਹਿਰ ਦੇ ਵਿੱਚ ਵੀ ਹਮ ਹਲ ਇੱਕ ਜਿੰਨੇ ਵੀ ਇਲਾਕੇ ਨੇ ਚਾਹੇ ਉਹ ਵੱਡੇ ਆ ਜਾਂ ਛੋਟੇ ਆ ਪੌਛ ਇਲਾਕੇ ਆ ਹਰ ਇਲਾਕੇ ਦੇ ਵਿੱਚ ਤੁਹਾਨੂੰ ਆਵਾਰਾ ਪਸ਼ੂ ਮਿਲੇਗਾ ਤੇ ਇਹਨਾਂ ਨੇ ਪਿੱਛੇ ਜੇ ਜਿਹੜੇ ਨਗਰ ਨਿਗਮ ਪਟਿਆਲਾ ਉਹਨਾਂ ਨੇ ਗਾਜੀਪੁਰ ਜਿਹੜਾ ਹੈਗਾ ਸਮਾਨੇਕ ਔਰ ਗਾਜੀ ਉੱਥੇ ਨਾ ਗਾਜੀ ਸਲਾਰ ਦੇ ਵਿੱਚ ਇੱਕ ਕਰੋੜਾ ਰੁਪਏ ਦਾ ਛੱਡ ਪਾਇਆ ਕਿ ਅਵਾਰਾ ਪਸ਼ੂ ਨੂੰ ਲੈ ਕੇ ਜਾਣਾ ਪਰ ਅੱਜ ਤੱਕ ਉਹ ਜਿਹੜਾ ਛੱਡ ਹੈ ਤਿਆਰੀ ਚੱਲ ਰਹੀ ਹੈ ਤੇ ਅਵਾਰਾ ਪਸ਼ੂਆਂ ਨੂੰ ਮੰਨ ਲਓ ਦੋ ਲੈ ਕੇ ਗਏ ਆ ਤੇ ਉਸ ਤੋਂ ਬਾਅਦ ਫੇਰ ਉਸ ਤਰ੍ਹਾਂ ਹੀ ਚੱਲ ਰਿਹਾ ਮਤਲਬ ਜਿੰਨੀਆਂ ਸਰਕਾਰਾਂ ਆਈਆਂ ਚਾਹ ਕਾਂਗਰਸ ਆਈਆ ਚਾਹ ਕੱਲੀ ਆਈ ਹੈ ਚਾਹ ਹੁਣ ਆਮ ਆਦਮੀ ਪਾਰਟੀ ਚੱਲ ਰਹੀ ਹੈ ਪਰ ਇਹਨਾਂ ਵੱਲੋਂ ਅਵਾਰਾਂ ਕੁੱਤਿਆਂ ਦਾ ਅਵਾਰਾ ਪਸ਼ੂਆਂ ਦਾ ਕੋਈ ਸਾਰਥਿਕ ਹੱਲ ਨਹੀਂ ਕੱਟਿਆ ਗਿਆ ਸਿਰਫ ਖਾਣਾ ਪੂਰਤੀ ਹੈ ਮੰਨ ਲਓ ਵੀ ਇੱਕ ਵਾਰੀ ਕਿਸੇ ਅਵਾਰਾ ਪਸ਼ੂ ਨੇ ਕੋਈ ਨੁਕਸਾਨ ਕਰਤਾ ਹੈ ਉਹਦੀ ਅਗਲੇ ਦਿਨ ਖਬਰ ਆ ਗਈ ਸੁਰਖੀਆਂ ਬਣ ਗਈਆਂ ਤਾਂ ਨਾਲ ਹੀ ਨਗਰ ਨਿਗਮ ਨੇ ਆਪਣੇ ਕੈਂਟਰ ਚੱਕੇ ਕੈਟਲ ਕੈਪਚਰ ਜਿਹੜੀ ਉਹ ਚੱਕੇ 5 7 10 ਪਸ਼ੂ ਚੱਕ ਕੇ ਉਥੇ ਲੈ ਗਏ ਤੇ ਦੁਬਾਰਾ ਫੇਰ ਉਹੀ ਖਾਤਾ ਜਿੰਨੀ ਦੇਰ ਅਗਲਾ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਜਾਨ ਨਹੀਂ ਉਨੇ ਦੇਰ ਇਹਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਦੁਬਾਰਾ ਫਿਰ ਤਾਂ ਸ਼ੁਰੂਆਤ ਹੁੰਦੀ ਹੈ ਜਦੋਂ ਕੋਈ ਜਾਨੀ ਨੁਕਸਾਨ ਹੁੰਦਾ ਨਹੀਂ ਸਰਕਾਰ ਫਿਰ ਸੌ ਜਾਂਦੀ ਹੈ ਪ੍ਰਸ਼ਾਸਨ ਫਿਰ ਸੌ ਜਾਂਦਾ ਹੈ ਇਹਦੇ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਤਾਂ ਸਰਕਾਰਾਂ ਨੂੰ ਲੱਗਦਾ ਨਹੀਂ ਕੋਈ ਨਾ ਕੋਈ ਕਾਨੂੰਨ ਕਾਨੂੰਨ ਬੇਸ਼ੱਕ ਬਣਿਆ ਹੈ ਕਿ ਇਹਨਾਂ ਨੂੰ ਮੰਨ ਲਓ ਕਿਸੇ ਨੂੰ ਮੁਆਵਜ਼ਾ ਦੇਣਾ ਹੈ ਹੁਣ ਉਹ ਮੁਆਵਜ਼ਾ ਮਿਲਦਾ ਕਿਵੇਂ ਹੈ ਜੀ ਜੀ ਦਰਸ਼ਕ ਜੀ ਮੁਆਵਜ਼ਾ ਮਿਲਣ ਤੋਂ ਪਹਿਲਾਂ ਹੂੰ ਸਭ ਤੋਂ ਪਹਿਲਾਂ ਤਾਂ ਉਹਦੀ ਐਫਆਈਆਰ ਜਰੂਰੀ ਡੀਡੀਆਰ ਜ਼ਰੂਰੀ ਆ ਜਿਸ ਏਰੀਆ ਚ ਤੁਹਾਡਾ ਮੰਨ ਲਓ ਕਿਸੇ ਨੇ ਅਵਾਰਾ ਪਸ਼ੂ ਨੇ ਤੁਹਾਡਾ ਕੋਈ ਨੁਕਸਾਨ ਕਰਿਆ ਉਹਦੀ ਡੀਡੀਆਰ ਜ਼ਰੂਰੀ ਆ ਅਗਰ ਕਿਤੇ ਮੋਟਰਸਾਈਕਲ ਜਾਂ ਕੋਈ ਵਾਹਨ ਹੈ ਉਹਦਾ ਨੁਕਸਾਨ ਕੀਤਾ ਗਿਆ ਆਰਸੀ ਪੋਲੂਸ਼ਨ ਬੀਮਾ ਉਸ ਤੋਂ ਇਲਾਵਾ ਤੁਹਾਡਾ ਡਰਾਈਵਿੰਗ ਲਾਇਸੈਂਸ ਫਿਰ ਸੋ ਇਹ ਦੇਖਿਆ ਜਾਊਗਾ ਕਿ ਤੁਸੀਂ ਆ ਕਿੱਥੋਂ ਰਹੇ ਸੀ ਤੇ ਜਾ ਕਿੱਧਰ ਰਹੇ ਸੀਗੇ ਫਿਰ ਉਹਦੀ ਰਿਪੋਰਟ ਪਹਿਲੀ ਗੱਲ ਤਾਂ ਤੁਹਾਨੂੰ ਪੁਲਿਸ ਚੇਤੇ ਡੀਡੀਆਰ ਇਹਨਾਂ ਦਰਜ ਕਰਦੀ ਜੇ ਆਮ ਬੰਦਾ ਹੈ ਉਹਦੀ ਡੀਡੀਆ ਦਰਜੀ ਨਹੀਂ ਹੁੰਦੀ ਉਸ ਤੋਂ ਇਲਾਵਾ ਜੋ ਡੀਡੀਆ ਦਰਜ ਹੋ ਗਈ ਫਿਰ ኦਪਰੇਟ ਨਹੀਂ ਹੁੰਦਾ ਅਗਰ ኦਪਰੇਟ ਹੋ ਗਿਆ ਫਿਰ ਆਪਰੇਸ਼ਨ ਦੀਏ ਸਾਰੇ ਕਾਗਜ਼ ਸਾਰੇ ਬਿੱਲ オリジナルオリジナル ਬਿੱਲ ਨਾਲ ਦੇਣੇ ਪੈਣਗੇ ਫਿਰ ਇਹਦੇ ਚ ਕਈ ਡਿਪਾਰਟਮੈਂਟ ਇਨਵੋਲਵ ਹੈ ਉਹ ਸਾਰਿਆਂ ਦੀ ਐਨਓਸੀ ਉਹ ਫਾਈਲ ਸਾਰੇ ਡਿਪਾਰਟਮੈਂਟਾਂ ਤੇ ਜਾਏਗੀ ਡਿਪਾਰਟਮੈਂਟਾਂ ਤੋਂ ਐਨਓਸੀ ਕਲੀਅਰ ਹੋਣ ਤੋਂ ਬਾਅਦ ਫਿਰ ਜਾ ਕੇ ਤੁਹਾਨੂੰ ਮੁਆਵਜ਼ਾ ਮਿਲੇਗਾ ਪਰ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੂੰ ਜ਼ਿਲ੍ਹੇ ਚ ਅਜੇ ਤੱਕ ਮੁਆਵਜ਼ਾ ਮਿਲਿਆ ਹੋਵੇਗਾ ਤੇ ਜੇ ਮਿਲਿਆ ਵੀ ਹੋਏਗਾ ਤਾਂ ਉਹ ਉਹਨੂੰ ਪਤਾ ਹੈ ਕਿ ਉਹਨੇ ਮੁਆਵਜ਼ਾ ਕਿਵੇਂ ਲਿਆ ਤੇ ਮਲੇ ਕਿੰਨੀ ਦੇਰ ਕਿੰਨਾ ਖਰਚ ਕਰਕੇ ਉਹਨੇ ਜਿਹੜਾ ਮੁਆਵਜ਼ਾ ਲਿਆ ਤੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਇਹਦਾ ਬੜਾ ਸਰਲ ਜਿਹਾ ਤਰੀਕਾ ਘੜਨ ਕਿ ਜੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਸਰਲ ਦੇ ਤਰੀਕੇ ਨਾਲ ਜਿਹੜਾ ਉਹਦਾ ਮੁਆਵਜ਼ਾ ਮਿਲ ਜੇ ਅਸਲ ਦੇ ਵਿੱਚ ਰਪਾਲ ਨੇ ਜੀ ਇਹੀ ਗੱਲ ਹੈ ਕਿ ਜਦੋਂ ਕਾਗਜ਼ੀ ਕਾਰਵਾਈ ਜ਼ਿਆਦਾ ਵੱਧ ਜਾਂਦੀ ਹੈ ਇਸ ਝੰਡਟ ਨੂੰ ਦੇਖਦੇ ਹੋਏ ਕਹਿੰਦਾ ਹੈ ਵੀ ਸਾਨੂੰ ਨਹੀਂ ਮੁਆਵਜ਼ਾ ਮਿਲਿਆ ਨਾ ਹੀ ਰਹਿਣ ਦੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਦਫ਼ਤਰਾਂ ਦੇ ਚੱਕਰ ਵੱਜਦੇ ਆ ਤਾਂ ਉਹਨਾਂ ਚੱਕਰਾਂ ਦੇ ਵਿੱਚ ਕਿੰਨੀ ਖੱਜਲ-ਖਵਾਰੀ ਹੁੰਦੀ ਹੈ ਤਾਂ ਹੀ ਇਹ ਕਿਹਾ ਜਾਂਦਾ ਵੀ ਸਰਕਾਰੀ ਗੀੜੀਆਂ ਤੋਂ ਬਚਣ ਦੇ ਵਾਸਤੇ ਲੋਕ ਜਿਹੜਾ ਮੁਆਵਜ਼ਾ ਲੰਦੇ ਨਹੀਂ ਹੈਗੇ ਹੁਣ ਜੇ ਆਪਾਂ ਅੱਗੇ ਵਧਦੇ ਹਾਂ ਹੁਣ ਆਪਾਂ ਮਨੁੱਖੀ ਸਿਹਤ ਦੀ ਵੀ ਗੱਲ ਕਰ ਲਈਏ ਅਰ ਪਾਣਾ ਜੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਲਗਾਤਾਰ ਇਹ ਦੇਖ ਰਿਹਾ ਹੈ ਕਿ ਜਿਹੜੇ ਨੌਜਵਾਨਾਂ ਜਾਂ ਆਪਾਂ 40 ਸਾਲ ਤੋਂ ਉੱਪਰ ਦੇ ਉਹਨਾਂ ਵਿੱਚੋਂ ਇੱਕ ਕੁਝ ਘਟਨਾਵਾਂ ਇਹ ਜੀ ਵਾਪਰੀਆਂ ਨੇ ਜਿਹੜੀਆਂ ਕਿ ਇੱਕ ਡੀਐਸਪੀ ਸੀਗਾ ਜਿਮ ਜਾਂਦਾ ਸੀਗਾ ਤੇ ਉਸੇ ਨਾਲ ਜਿਹੜਾ ਹੈਗਾ ਖਾਸ ਤੌਰ ਤੇ 스ਵੀਮਰ ਵੀ ਸੀਗਾ ਤੇ ਜਿਮ ਦੇ ਵਿੱਚ ਉਸ ਨੂੰ ਹਾਰਟ ਅਟੈਕ ਹੋਇਆ ਹਾਰਟ ਅਟੈਕ ਦੇ ਨਾਲ ਉਸ ਦੀ ਮੌਤ ਹੋ ਗਈ। ਇਸੇ ਤਰੀਕੇ ਨਾਲ ਇੱਕ ਕਰਨਾਲ ਦੇ ਵਿੱਚ ਵੀ ਡੀਐਸਪੀ ਦੇ ਨਾਲ ਹੀ ਇਸ ਤਰ੍ਹਾਂ ਨੌਜਵਾਨ ਡੀਐਸਪੀ ਸੀਗਾ ਉਹ ਵੀ ਜਿਮ ਦੇ ਵਿੱਚ ਸੀਗਾ ਜਿਮ ਕਰਦੇ ਕਰਤੇ ਉਸ ਦਾ ਹਾਰਟ ਅਟੈਕ ਹੋਇਆ ਫਨਈ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਸੀਗਾ ਕਾਂਗਰਸੀ ਲੀਡਰ ਵੀ ਸੀਗਾ ਉਹ ਵੀ ਇਸੇ ਤਰੀਕੇ ਦੇ ਨਾਲ ਉਹਦੇ ਮਾਪੇ ਉਹਨਾਂ ਦੇ ਘਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਉਹ ਰੋਜ਼ਾਨਾ 5 ਕਿਲੋਮੀਟਰ ਤੱਕ ਸੈਰ ਵੀ ਕਰਦਾ ਸੀਗਾ ਤੇ ਜਿਮ ਕਰਦਾ ਸੀਗਾ ਤੇ ਜਿਮ ਕਰਕੇ ਜਦੋਂ ਜਿਮ ਕਰ ਰਿਹਾ ਸੀਗਾ ਉਹਦੀ ਮੌਤ ਹੋ ਗਈ ਇਸੇ ਤਰੀਕੇ ਦੇ ਨਾਲ ਇੱਕ ਲੜਕੀ ਜਿਹਦਾ ਵਿਆਹ ਹੋਇਆ ਆਨੰਦ ਕਾਰਜ ਹੋਏ ਆਨੰਦ ਕਾਰਜ ਤੋਂ ਬਾਅਦ ਉਹਨੂੰ ਸਫੋਕੇਸ਼ਨ ਹੋਈ ਉਹ ਡਿੱਗ ਗਈ ਉਸ ਨੂੰ ਹਸਪਤਾਲ ਲੈ ਕੇ ਗਏ ਤੇ ਉਸ ਦੀ ਵੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਹਿਲਾਂ ਜਦੋਂ ਅਸੀਂ ਦਿਲ ਦੀਆਂ ਬਿਮਾਰੀਆਂ ਦੇ ਬਾਰੇ ਗੱਲ ਕਰਦੇ ਸੀਗੇ ਤਾਂ ਉਦੋਂ ਕਿਹਾ ਜਾਂਦਾ ਸੀਗਾ ਕਿ 50 60 ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਹਾਰਟ ਅਟੈਕ ਆਉਂਦਾ ਹੈ ਜਾਂ ਹਾਰਟ ਦੀ ਬਿਮਾਰੀ ਹੁੰਦੀ ਹੈ ਪਰ ਹੁਣ ਇਸ ਤਰ੍ਹਾਂ ਦਾ ਜਦੋਂ ਹੁਣ ਤੁਸੀਂ ਜਦੋਂ ਖਾਸ ਤੌਰ ਤੇ ਵਿਦੇਸ਼ਾਂ 'ਚ ਵੀ ਹੈਗਾ ਕਿ ਜਿਹੜੇ ਸਾਡੇ ਨੌਜਵਾਨ ਜਾ ਰਹੇ ਆ ਜਾਂ ਸਾਡੇ ਜਿਹੜੇ ਪੜ੍ਹੇ ਜਾ ਰਹੇ ਆ ਵਿਦੇਸ਼ਾਂ ਦੇ ਵਿੱਚ ਆਪਾਂ ਦੇਖ ਰਿਹਾ ਕਿ ਉੱਥੋਂ ਕਿੰਨੀਆਂ ਮੌਤਾਂ ਹੋਈਆਂ ਮੈਕਸਿਮਮ ਹਾਰਟ ਅਟੈਕ ਨਾਲ ਹੀ ਹੋਈਆਂ ਉੱਥੇ ਵੀ ਠੀਕ ਹੈ ਰੁਪਾਲਾ ਜੀ ਇੱਕ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਸ ਸਬੰਧ ਵਿੱਚ ਜਿਹੜੇ ਨੌਜਵਾਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ ਉਹ ਸਬੰਧ ਵਿੱਚ ਅਸੀਂ ਡਾਕਟਰ ਸਵਰਾਜ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਅਕਸਰ ਹੀ ਜਿਹੜੇ ਕਮਾਂਤਰੀ ਪਦ ਤੇ ਮਾਮਲੇ ਉਤੇ ਗੱਲਬਾਤ ਕਰਦੇ ਆ ਪਰ ਉਹ ਹਾਰਟ ਦੇ ਸਰਜਨ ਵੀ ਰਹੇ ਨੇ 30 ਸਾਲ ਤੱਕ ਉਹ ਅਮਰੀਕਾ ਦੇ ਵਿੱਚ ਰਹੇ ਨੇ ਉਹਨਾਂ ਨਾਲ ਇੱਕ ਬੜੀ ਵਿਸਤਾਰਪੂਰਵਕ ਗੱਲ ਹੋਈ ਹੈ ਤੇ ਉਹ ਅੱਜ ਤੁਸੀਂ ਰਾਤ ਦੇ ਚਰਚਾ ਪ੍ਰੋਗਰਾਮ ਦੇ ਵਿੱਚ ਵੀ ਸੁਣ ਸਕਦੇ ਹੋ ਦੇਖ ਸਕਦੇ ਹੋ ਵੀ ਕੀ ਕਾਰਨ ਹੋ ਸਕਦਾ ਹੈ ਤੇ ਡਾਕਟਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸਟ੍ਰੈਸ ਆ ਪੰਜਾਬੀਆਂ ਨੂੰ ਕੁਝ ਜ਼ਿਆਦਾ ਹੁੰਦਾ ਹੈ ਇਸ ਗੱਲ ਕਰਕੇ ਵੀ ਇਹ ਪ੍ਰੋਬਲਮ ਆ ਰਹੀਆਂ ਨੇ ਪਰ ਹੁਣ ਸਵਾਲ ਫੇਰ ਇੱਕ ਵਾਰੀ ਉਹੀ ਉੱਭਰਦਾ ਹੈ ਕਿ ਜਦੋਂ ਹੁਣ ਇੱਕ ਨੌਜਵਾਨ ਜਿਮ ਦੇ ਵਿੱਚ ਜਿਮ ਕਰ ਰਿਹਾ ਹੈ ਤੇ ਉਹਨੂੰ ਹਾਰਟ ਅਟੈਕ ਕਿਉਂ ਹੋ ਗਿਆ ਇਹ ਵੀ ਬੜਾ ਬੜਾ ਸਵਾਲ ਹੈ ਇਹ ਪੈਨ ਮੈਕਸ ਦੇ ਦਿਲ ਦੇ ਮਾਹਰ ਡਾਕਟਰ ਵਿਵੇਕ ਕੁਮਾਰ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਈ ਵਾਰ ਜ਼ਿਆਦਾ ਐਕਸਰਸਾਈਜ਼ ਕਰਨ ਨਾਲ ਵੀ ਹਾਰਟ ਅਟੈਕ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਕਰਨਰੀ ਦੇ ਵਿੱਚ ਜਿਹੜਿਆ ਮਤਲਬ ਚਰਬੀ ਵਗੈਰਾ ਜੰਮ ਜਾਂਦੀ ਹੈ ਜਦ ਉਹ ਹੋ ਜਾਂਦਾ ਹੈ ਉਹ ਜਦੋਂ ਜਿਆਦਾ ਅਸੀਂ ਮਤਲਬ ਐਕਸਰਸਾਈਜ਼ ਕਰਦੇ ਹਾਂ ਤਾਂ ਉਹ ਫਟ ਜਾਂਦੀ ਹੈ ਤੇ ਉਹ ਨਸਾ ਦੇ ਵਿੱਚ ਚਲੇ ਜਾਂਦੀ ਹੈ ਤੇ ਅਚਾਨਕ ਇਹ ਮੌਤ ਵੀ ਹੋ ਜਾਂਦੀ ਹੈ ਤੇ ਇਹਦੇ ਨਾਲ ਨਾਲ ਪਰ ਇਹ ਇਹੀ ਨਹੀਂ ਹੈਗਾ ਦੂਜੇ ਪਾਸੇ ਡਿੱਡੀ ਦੇ ਪਹਾੜगंज ਮੈਕਸ ਹਸਪਤਾਲ ਦੇ ਜਿਹੜੇ ਦਿਲ ਦੇ ਰੋਗਾਂ ਦੇ ਮਾਹਿਰ ਨੇ ਉਹ ਉਹ ਬਨੀਤ ਪਾਰਟੀਆਂ ਉਹ ਕਹਿੰਦੇ ਵੀ ਐਕਸਰਸਾਈਜ਼ ਦੇ ਨਾਲ ਅਜਿਹਾ ਨਹੀਂ ਹੁੰਦਾ ਹੈਗਾ ਤੇ ਗੱਲ ਇਹ ਹੈ ਕਿ ਇਸ ਸੰਬੰਧ ਵਿੱਚ ਖਾਸ ਕਰਕੇ ਕੁਝ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਖਾਸ ਕਰਕੇ ਜਦੋਂ ਤੋਂ ਕੋਵਿਡ ਹੋਇਆ ਕੋਵਿਡ ਨੇ ਵੀ ਬਹੁਤ ਸਾਰੇ ਲੋਕਾਂ ਦਾ ਜਿਹੜਾ ਦਿਲ ਹੈ ਉਹ ਕਮਜ਼ੋਰ ਕਰ ਦਿੱਤਾ ਜਾਂ ਉਹਦੇ ਨਾਲ ਕਈ ਸਮੱਸਿਆਵਾਂ ਖੜੀਆਂ ਹੋਈਆਂ ਨੇ ਇਸ ਗੱਲ ਕਰਕੇ ਵੀ ਮੌਤਾਂ ਹੋ ਰਹੀਆਂ ਨੇ ਐਨ ਦਸਕੀ ਜੀ ਠੀਕ ਐ ਜੀ ਬੜਾ ਵਧੀਆ ਵਿਸਤਾਰ ਪੂਰਵਕ ਇਸ਼ਤਿਹਾਨਾ ਪਾਇਆ ਸੋ ਹੁਣ ਸਮਾਜ ਇਜਾਜ਼ਤ ਨਹੀਂ ਦਿੰਦਾ ਸਮਾਂ ਪੂਰਾ ਹੋ ਚੁੱਕਿਆ ਹੈ ਕੱਲ ਫਿਰ ਇਸੇ ਟਾਈਮ ਇਸੇ ਸਮੇਂ ਕੁਝ ਨਵੀਆਂ ਖਬਰਾਂ ਨਮੀਆਂ ਜਿਹੜੀਆਂ ਸੁਰਖੀਆਂ ਨੂੰ ਲੈ ਕੇ ਮੁੜ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਕਬਰੀ ਤੇ ਨਜ਼ਰ ਹਾ ਹਾ